ਤੈਨੂੰ ਇੱਕ ਵਾਰ ਸਮਝ ਨਹੀਂ ਲੱਗਦੀ ਵੀ ਕਮਰਾ ਨਹੀਂ ਖੋਲਣਾ? ਇੱਕ ਵਾਰ ਕਹੀ ਗੱਲ ਤੇਰੇ ਖਾਨੇ 'ਚ ਨਹੀਂ ਪੈਂਦੀ? ਲੱਗਦਾ ਤੈਨੂੰ ਸਮਝ ਨਹੀਂ ਲੱਗਦੀ ਇਸ ਗੱਲ ਦੀ ਵੀ ਨਹੀਂ ਖੋਲਣਾ ਕਮਰਾ, ਨਹੀਂ ਖੋਲਣਾ। ਨਾ ਕੀ ਕਰਨ ਚੱਲੀ ਸੀ ਅੰਦਰ? ਮੰਮੀ ਮੈਂ ਤਾਂ ਅੰਦਰ ਕੀ ਕਰਨ ਜਾਣਾ ਸੀ, ਮੈਂ ਤਾਂ ਬਸ ਝਾੜੂ ਲਾਉਣ ਚੱਲੀ ਸੀ। ਮੈਂ ਕਿਹਾ ਚੱਲ ਕਮਰੇ ਦੀ ਸਫਾਈ ਕਰਦਾ, ਸਾਰੇ ਕਮਰੇ 'ਚ ਝਾੜੂ ਕੱਢਿਆ ਸੀ, ਮੈਂ ਕਿਹਾ ਇੱਧਰ ਵੀ ਲਾ ਲੈਂਦੀ ਹਾਂ। ਨਾ ਇੰਨਾ ਟਾਈਮ ਹੋ ਗਿਆ ਤੈਨੂੰ ਇਸ ਘਰ 'ਚ ਆਈ ਨੂੰ, ਪਹਿਲਾਂ ਕਦੀ ਮੈਂ ਤੈਨੂੰ ਕਿਹਾ ਵੀ ਇਸ ਕਮਰੇ ਦੀ ਸਫਾਈ ਕਰ? ਜਦ ਇਸ ਕਮਰੇ ਦੀ ਸਫਾਈ ਮੈਂ ਕਰ ਲੈਂਦੀ ਹਾਂ ਨਾ, ਐਡਾ ਘਰ ਪਿਆ ਉੱਧਰ ਮਰਲਾ ਕਰ ਲਾ ਸਫਾਈ, ਜਦੋਂ ਦੇਖੋ ਬੂਥਾ ਚੱਕ ਕੇ ਇਸ ਕਮਰੇ 'ਚ ਤੁਰੀ ਰਹਿੰਦੀ ਆ। ਮੰਮੀ ਗੁੱਸਾ ਤਾਂ ਕਰਿਓ ਨਾ ਮੇਰੀ ਗੱਲ ਦਾ, ਪਰ ਮੈਂ ਇਹ ਗੱਲ ਤੁਹਾਨੂੰ ਪੁੱਛਣੀ ਸੀ, ਜਿੱਥੇ ਮੈਂ ਇੰਨੇ ਘਰ ਦੀ ਸਫਾਈ ਕਰਦੀ ਹਾਂ ਇੰਨੇ ਟਾਈਮ ਤੋਂ, ਫਿਰ ਇਸ ਕਮਰੇ ਦੀ ਸਫਾਈ ਵੀ ਤਾਂ ਮੈਂ ਕਰ ਹੀ ਸਕਦੀ ਹਾਂ ਨਾ, ਪਰ ਤੁਸੀਂ ਮੈਨੂੰ ਇਸ ਕਮਰੇ ਦੀ ਸਫਾਈ ਕਿਉਂ ਨਹੀਂ ਕਰਨ ਦਿੰਦੇ? ਆਖਿਰ ਇਹੋ ਜਿਹਾ ਇਸ ਕਮਰੇ 'ਚ ਹੈਗਾ ਕੀ ਆ? ਤੇਰੀ ਜਵਾਨ ਕੁਛ ਜ਼ਿਆਦਾ ਚੱਲਣ ਲੱਗ ਪਈ। ਜਦ ਤੈਨੂੰ ਇੱਕ ਵਾਰ ਮਨਾ ਕਰਤਾ ਵੀ ਕਮਰੇ 'ਚ ਨਹੀਂ ਜਾਣਾ, ਨਹੀਂ ਜਾਣਾ, ਬਾਰ ਬਾਰ ਉਹਨਾਂ ਗੱਲਾਂ ਨੂੰ ਕਿਉਂ ਦੁਹਰਾਉਣੀ ਹੈ? ਮੰਮੀ ਕਿਉਂ ਤੁਸੀਂ ਇੰਨਾ ਗੁੱਸਾ ਕਰੀ ਜਾਂਦੇ ਹੋ? ਸੌਰੀ ਗਲਤੀ ਹੋ ਗਈ ਮੇਰੇ ਤੋਂ, ਜੇ ਤੁਸੀਂ ਮਨਾ ਕਰਦੇ ਹੋ ਤਾਂ ਅੱਗੇ ਤੋਂ ਮੈਂ ਕਦੇ ਵੀ ਇਸ ਕਮਰੇ ਦੇ ਅੱਗੇ ਵੀ ਨਹੀਂ ਖੜਦੀ, ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਅੰਦਰ। ਖਿਆਲ ਰੱਖੀ ਇਸ ਗੱਲ ਦਾ। ਸਮਝ ਨਹੀਂ ਆਉਂਦੀ, ਨਾ ਤਾਂ ਇਸ ਕਮਰੇ ਨੂੰ ਉਹਨਾਂ ਨੇ ਜਿੰਦਾ ਲਾਇਆ ਹੋਇਆ, ਨਾ ਇਸ ਕਮਰੇ ਨੂੰ ਖੋਲ੍ਹਣ ਹੀ ਦਿੰਦੇ ਆ, ਵੀ ਇਹੋ ਜਿਹਾ ਕਮਰੇ 'ਚ ਹੈਗਾ ਕੀ ਆ? ਆਖਿਰ ਨੂੰ ਮੈਂ ਵੀ ਤਾਂ ਇਸ ਘਰ ਦੀ ਮੈਂਬਰ ਹਾਂ, ਜੇ ਕਮਰਾ ਖੋਲ੍ਹ ਕੇ ਅੰਦਰ ਵੀ ਵਗ ਜਾਉ ਤਾਂ ਕੀ ਮੈਂ ਇਹਨਾਂ ਦੀਆਂ ਸੋਨੇ ਦੀਆਂ ਮੋਹਰਾਂ ਕੱਢ ਲੂੰ? ਖਾਮ ਖਾ ਗੁੱਸਾ ਕਰੀ ਜਾਂਦੇ ਰਹਿੰਦੇ। ਆ ਗਏ ਪੁੱਤ। ਆਹੋ ਮਾਂ ਆ ਗਏ। ਗੁਰਵਿੰਦਰ ਕੀ ਬਣਿਆ ਪੁੱਤ ਤੇਰੀ ਨੌਕਰੀ ਦਾ, ਮਿਲ ਜੂਗੀ ਇਸ ਵਾਰ ਸਰਕਾਰੀ ਨੌਕਰੀ? ਬੇਬੇ ਹਜੇ ਤਾਂ ਪੇਪਰ ਦਿੱਤਾ, ਹਜੇ ਤਾਂ ਔਖਾ ਹੀ ਲੱਗਦਾ, ਕਿਹੜੀਆਂ ਨੌਕਰੀਆਂ ਜਿਹੜੇ ਪਹਿਲਾਂ ਅੱਗੇ ਨੇ ਉਹਨਾਂ ਦੇ ਮੂੰਹ ਬੰਦ ਕਰਨੇ ਪੈਣਗੇ ਪੈਸੇ ਪੂਸੇ ਦੇ ਕੇ, ਫਿਰ ਕਿਤੇ ਜਾ ਕੇ ਨੌਕਰੀ ਮਿਲੂਗੀ। ਸਹੀ ਕਹਿੰਦਾ ਮਾਂ ਗੁਰਵਿੰਦਰ, ਨਾਲੇ ਅਸਾਂ ਦਫ਼ਤਰਾਂ ਦੇ ਕਿਹੜੇ ਕੜਕੜ ਦਾ ਬੁਰਾ ਹਾਲ ਹੋ ਗਿਆ, ਉੱਤੋਂ ਗਰਮੀ ਦੇਖ ਲਾ ਕਿੰਨੀ ਬੁਰੀ। ਤੂੰ ਤਾਂ ਪੁੱਤ ਬਾਲਾ ਹੀ ਭਿੱਜਿਆ ਪਿਆ, ਗਰਮੀ ਬਾਲੀ ਆ ਮਾਂ ਬਾਰੇ। ਕੁੜੇ ਮਨਪ੍ਰੀਤ ਆ ਗਈ, ਮੰਮੀ ਮੈਨੂੰ ਪਤਾ ਸੀ ਆ ਗਏ। ਮਨਪ੍ਰੀਤ ਐ ਕਰ ਯਾ, ਚਾਹ ਦੀ ਕੁੱਟ ਬਣਾ ਮੇਰੇ ਵਾਸਤੇ। ਬਸ ਬਣਾਉਣੀ ਆ ਮੈਂ ਹੁਣੇ। ਗੁਰਵਿੰਦਰ ਤੂੰ ਵੀ ਪੀਏਗਾ? ਪੀ ਲੂੰਗਾ ਭਾਬੀ, ਮੈਂ ਮੇਰੇ ਲਈ ਵੀ ਬਣਾ ਲਈ ਪੁੱਤ। ਠੀਕ ਆ ਭਾਬੀ, ਚਲ ਠੀਕ ਆ ਗੁਰਵਿੰਦਰ, ਮੈਂ ਅੰਦਰ ਬਣਾ ਪੱਖਾ ਲਾ ਕੇ। ਆਹੋ ਬਾਈ ਤੁਸੀਂ ਕਰੋ ਆਰਾਮ। ਗੁਰਵਿੰਦਰ ਪੁੱਤੋ ਜਿਹੜੇ ਪੈਸੇ ਮੰਗਦੇ ਨੇ ਉਹਨਾਂ ਨੂੰ ਪੁੱਛ ਲੈ ਮਾੜੇ ਮੋਟੇ ਪੈਸੇ ਦੇ ਕੇ, ਜੇ ਸਰਕਾਰੀ ਨੌਕਰੀ ਮਿਲਦੀ ਹੈ, ਨਹੀਂ ਤਾਂ ਕੋਈ ਪ੍ਰਾਈਵੇਟ ਦਾ ਕੋਈ ਹਿੱਲਾ ਵਸੀਲਾ ਕਰ ਲਾ, ਚੱਲ 10-12 ਹਜ਼ਾਰ ਆਊਗਾ ਮਹੀਨੇ ਦਾ। ਪ੍ਰਾਈਵੇਟ ਵਾਲਾ ਬੇਬੇ ਮੈਨੂੰ ਔਖਾ ਹੀ ਲੱਗਦਾ, ਨਾਲੇ ਤਾਂ ਮੈਂ ਨੌਕਰੀ ਕਰੂੰ ਨਾਲੇ ਉਹੀ 10-12, ਜੇ ਮੈਨੂੰ ਐਂ ਜੇ ਸਰਕਾਰੀ ਮਿਲ ਜੇ ਨਾ ਉਹਦੇ ਵਰਗੀ ਰੀਸ ਨਹੀਂ, ਘੱਟੋ ਘੱਟ 40-50 ਤੱਕ ਤਾਂ ਪਹੁੰਚੂਗਾ। ਇਹ ਤਾਂ ਹੈ ਪਤਾ, ਹੁਣ 10-12 ਨਾਲ ਬਣਦਾ ਕਿ ਇੰਨਾ ਤਾਂ ਮੇਰਾ ਮੋਟਰਸਾਈਕਲ ਤੇਲ ਹੀ ਮੱਚਿਆ ਕਰੂਗਾ, ਨੇੜੇ ਤੇੜੇ ਤਾਂ ਪ੍ਰਾਈਵੇਟ ਵੀ ਨਹੀਂ ਮਿਲਣੀ, 2-4 ਹਜ਼ਾਰ ਤੋਂ ਘੱਟ ਤਾਂ ਤੇਲ ਦਾ ਮੁੜਨਾ ਨਹੀਂ ਗਾ ਖਰਚਾ, ਉਹੀ 5-7 ਹਜ਼ਾਰ ਰੁਪਇਆ ਭਿੜੂਗਾ ਮੇਰਾ ਮਹੀਨੇ ਦਾ, ਕੀ ਕਰਾਂਗੇ ਫਿਰ, ਉਹਦੇ ਨੂੰ ਤਾਂ ਖੇਤੀ ਉਹ ਠੀਕ ਆ ਮੈਨੂੰ। ਇਹ ਤਾਂ ਗੱਲ ਤੇਰੀ ਵਾਕਈ ਸੱਚੀ ਆ ਪੁੱਤ, ਹੁਣ ਮੈਨੂੰ ਐਂ ਸੀਗਾ ਵੀ ਚੱਲ ਬਾਈ ਹੁਣ ਖੇਤੀ ਸਾਂਭ ਲੂਗਾ ਵੀ ਮੈਂ ਨੌਕਰੀ ਕਰ ਲੂੰਗਾ, ਫਿਰ ਹੁਣ 5-7 ਹਜ਼ਾਰ ਪਿੱਛੇ ਤਾਂ ਮੈਂ ਇਕੱਲਾ ਕੀ ਫਿਰੂੰਗਾ। ਚੱਲ ਪੁੱਤ ਇੰਨੀ ਤੂੰ ਮਿਹਨਤ ਕਰਦਾ, ਪੜ੍ਹਾਈ ਕਰਦਾ, ਜੇ ਕਰਮਾਂ 'ਚ ਸਰਕਾਰੀ ਨੌਕਰੀ ਹੋਈ ਤਾਂ ਮਿਲ ਹੀ ਜਾਣੀ ਆ, ਕਹਿੰਦੇ ਨਹੀਂ ਹੁੰਦੇ ਵੀ ਕੋਈ ਹੱਥ ਦੀ ਖੋ ਸਕਦਾ ਮੱਥੇ ਦੀ ਨਹੀਂ। ਹਾਂ ਇਹ ਤਾਂ ਗੱਲ ਹੈਗੀ ਬਾਬੀ, ਚੱਲ ਦੇਖਾਂਗੇ ਜੇ ਨੌਕਰੀ ਤਾਂ ਮਿਲ ਗਿਆ ਤਾਂ ਬਣ ਗਿਆ ਕੰਮ ਤਾਂ ਠੀਕ ਆ, ਨਹੀਂ ਫਿਰ ਖੇਤੀ ਤਾਂ ਹੈਗੀ ਹੋਈ ਆ। ਚੱਲ ਪੁੱਤ ਜਿਵੇਂ ਤੁਹਾਨੂੰ ਠੀਕ ਲੱਗਦਾ ਹੋਰ ਉਵੇਂ ਕਰ ਲਓ ਤੁਸੀਂ। ਮੰਮੀ ਮੈਂ ਆ ਕੇ ਖੜਾਉਣੀ ਆ ਤੁਹਾਨੂੰ ਚਾਹ। ਮਨਪ੍ਰੀਤ ਹਾਂਜੀ ਪੁੱਤ, ਜਲਦੀ ਜਲਦੀ ਕੰਮ ਨਵੇੜ ਲੈ ਫਿਰ ਬਾਜ਼ਾਰ ਜਾਏ, ਤੂੰ ਕਹਿੰਦੀ ਨਹੀਂ ਸੀ ਕੱਲ
ਵੀ ਤੇਰੇ ਸੂਟ ਸਾਟ ਸਮਾਉਣ ਵਾਲੇ ਪਏ ਆ। ਠੀਕ ਆ ਮੰਮੀ, ਕੋਈ ਨਹੀਂ, ਕੰਮ ਤਾਂ ਬਸ ਮੇਰੇ ਨਿਬੜੇ ਪਏ ਆ, ਚਾਹੇ ਆਉਂਗੀ ਸ਼ਾਮ ਨੂੰ। ਠੀਕ ਹੈ ਪੁੱਤ। ਮੈਨੂੰ ਤਾਂ ਮੰਮੀ ਦੀ ਨਹੀਂ ਸਮਝ ਆਉਂਦੀ, ਸਵੇਰੇ ਮੇਰੇ ਨਾਲ ਮਾੜੀ ਜਿਹੀ ਗੱਲ ਪਿੱਛੇ ਇੰਨਾ ਗੁੱਸੇ ਹੋਈ ਜਾਂਦੇ ਸੀ, ਹੁਣ ਆਪ ਹੀ ਕਹੀ ਜਾਂਦੇ ਵੀ ਸੂਟ ਲਏ ਆ, ਸਮਝੋ ਹੀ ਬਾਹਰ ਆ। ਆਲੋ ਚਾਹ। ਉਹ ਤੇਰਾ ਕੀ ਗਵਾਚ ਗਿਆ ਹੋਣਾ, ਆ ਮੂੰਹ ਜਾਇ ਬਣਾ ਰੱਖਿਆ। ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਗੱਲ ਸ਼ੁਰੂ ਕਿੱਥੋਂ ਕਰਾਂ। ਲੈ ਯਾਰ, ਸ਼ੁਰੂ ਕਰਨ ਵਾਲੀ ਕੀ ਗੱਲ ਆ, ਜਿਹੜੀ ਗੱਲ ਹੈਗੀ ਦੱਸ, ਇਹ 'ਚ ਘਬਰਾਉਣ ਵਾਲੀ ਕੀ ਗੱਲ ਆ। ਗੱਲ ਪਤਾ ਕੀ ਹੋਈ ਆ, ਸਵੇਰੇ ਮੈਂ ਜਦੋਂ ਸਫਾਈ ਕਰੀ ਜਾਂਦੀ ਸੀ, ਜਿਹੜਾ ਆਪਣਾ ਪੇਟੀਆਂ ਵਾਲਾ ਕਮਰਾ ਨਹੀਂ ਹੈਗਾ, ਉਹਦੇ ਨਾਲ ਵਾਲੇ ਕਮਰੇ 'ਚ ਮੈਂ ਤਾਂ ਵੈਸੇ ਹੀ ਹਜੇ ਜਸਟ ਉਹਨੂੰ ਓਪਨ ਕਰਦੀ ਸੀਗੀ, ਮੈਂ ਕਿਹਾ ਚੱਲ ਇੱਧਰ ਵੀ ਸਫਾਈ ਕਰ ਲਾਂ। ਅਚਾਨਕ ਹੀ ਮੰਮੀ ਆ ਗਈ, ਪਤਾ ਮੈਨੂੰ ਇੰਨਾ ਉੱਚੀ ਬੋਲਣ ਲੱਗ ਪਏ, ਉਹਨਾਂ ਦਾ ਬਿਹੇਵ ਵੀ ਹੋਰ ਸੀ, ਪਤਾ ਨਹੀਂ ਮੈਂ ਇਹੋ ਜਿਹੀ ਕੀ ਗਲਤੀ ਕਰਤੀ ਸੀ। ਉਹ ਯਾਰ, ਤੈਨੂੰ ਕਿੰਨੀ ਵਾਰੀ ਕਿਹਾ ਵੀ ਉਹ ਕਮਰੇ ਦੀ ਸਫਾਈ ਤੂੰ ਨਾ ਕਰਿਆ ਕਰ, ਤੈਨੂੰ ਉਹੀ ਕਮਰਾ ਮਿਲਦਾ ਸਫਾਈ ਕਰਨ ਵਾਸਤੇ, ਹੋਰ ਬਥੇਰੇ ਕਮਰੇ ਨੇ ਘਰ 'ਚ, ਉਹਦੀ ਸਫਾਈ ਕਰ ਲਿਆ ਕਰ। ਜਦੋਂ ਦੇਖੋ ਤੂੰ ਤੁਰ ਪਈ ਨਹੀਂ ਉਦੋਂ, ਹੋਰ ਕਮਰੇ ਨਹੀਂ ਹੈਗੇ ਤੇਰੇ ਕੋਲ ਸਫਾਈ ਕਰਨ ਵਾਸਤੇ। ਕਮਾਲ ਹੋਈ ਪਈ ਆ ਸਾਰੇ ਟੱਬਰ ਦੀ, ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦੀ ਜਿਹਦੇ ਕੋਲ ਵੀ ਉਸ ਕਮਰੇ ਬਾਰੇ ਗੱਲ ਕਰਦੀ ਹਾਂ ਉਹੀ ਗੁੱਸੇ ਨਾਲ ਬੋਲਣ ਲੱਗ ਜਾਂਦਾ, ਹੁਣ ਮੈਂ ਇਹਨਾਂ ਨੂੰ ਭਲਾ ਕੀ ਕਹਿਤਾ ਸੀ, ਇਹ ਵੀ ਐਵੇਂ ਗੁੱਸੇ ਹੋ ਕੇ ਵੱਗ ਗਿਆ। ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਉਸ ਕਮਰੇ 'ਚ ਨਾ ਇਹਨਾਂ ਨੇ ਕੋਈ ਉਹਦੀਆਂ ਪੁਰਾਣੀਆਂ ਯਾਦਾਂ ਨੱਪ ਕੇ ਰੱਖੀਆਂ ਹੋਣ। ਚੱਲ ਕੋਈ ਨਹੀਂ, ਜੋ ਕੁਛ ਵੀ ਆ ਉਸ ਕਮਰੇ 'ਚ ਪਤਾ ਤਾਂ ਮੈਂ ਵੀ ਕਰਕੇ ਰਹੂੰਗੀ ਵੀ ਆਖਰ ਨੂੰ ਹੈਗਾ ਕੀ ਆ ਉੱਥੇ। ਓਹੋ, ਗਰਮੀ ਨੇ ਮੱਤ ਮਾਰ ਰੱਖੀ ਹੈ। ਓ ਮਾਂ, ਤੈਂ ਪ੍ਰੀਤ ਨੂੰ ਸਵੇਰੇ ਕੀ ਕਿਹਾ ਸੀ? ਬੇ ਪੁੱਤ, ਮੈਂ ਕੀ ਕਹਿਣਾ, ਉਹ ਦੂਜਾ ਕਮਰਾ ਖੋਲ੍ਹਣ ਲੱਗੀ ਸੀ, ਮੈਨੂੰ ਦੇਖ ਕੇ ਗੁੱਸਾ ਆ ਗਿਆ, ਗੁੱਸੇ ਵਿੱਚ ਬਸ ਜ਼ਬਾਨ 'ਤੇ ਕੰਟਰੋਲ ਹੀ ਨਹੀਂ ਰਿਹਾ, ਵੱਧ ਘੱਟ ਬੋਲਿਆ ਗਿਆ। ਬਾਅਦ ਵਿੱਚ ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਵੀ ਵਿਚਾਰੀ ਨੂੰ ਬੇਵਜ੍ਹਾ ਮੈਂ ਧਮਕ ਦਿੱਤਾ, ਹੁਣ ਉਹਨੂੰ ਵਿਚਾਰੀ ਨੂੰ ਕੀ ਪਤਾ ਵੀ ਆਪਾਂ ਉਹ ਕਮਰਾ ਕਿਉਂ ਨਹੀਂ ਖੋਲ੍ਹਦੇ। ਹੋਰ ਮਾਂ, ਵਿਚਾਰੀ ਦੁਖੀ ਹੋ ਰਹੀ ਸੀ, ਉਹਨੇ ਮੈਨੂੰ ਦੱਸਤਾ ਵੀ ਮੈਂ ਕਮਰਾ ਖੋਲ੍ਹਣ ਲੱਗੀ ਸੀ, ਉੱਤੋਂ ਤਾਂ ਮੈਂ ਭਟਕ ਗਿਆ, ਮੈਥੋਂ ਬੋਲਿਆ ਗਾ ਉਹਨੂੰ ਮਾੜਾ ਚੰਗਾ। ਪੁੱਤ, ਕਿੰਨਾ ਕੁ ਟਾਈਮ ਹੈ ਆਪਾਂ ਰਾਜ ਨੂੰ ਰਾਜ ਬਣਾ ਕੇ ਰੱਖਾਂਗੇ, ਅੱਜ ਤਾਂ ਆਪਣੀ ਇੱਕ ਨੂੰ, ਭਲਕੇ ਦੂਜੀ ਨੇ ਵੀ ਆਉਣਾ, ਕਿੰਨਾ ਕੁ ਟਾਈਮ ਲੁਕੋ ਰੱਖਾਂਗੇ। ਉਹ ਕੋਈ ਨਾ, ਸਹੀ ਟਾਈਮ ਹੁਣ ਤਾਂ ਸਾਰੀ ਗੱਲ ਉਹਨੂੰ ਆਪੇ ਦੱਸ ਦਾਂਗੇ ਆਪਾਂ, ਪਰ ਹਲਦੀ ਘੜੀ ਜਿੰਨਾ ਟੱਕਿਆ ਰਾਜ ਢੱਕਿਆ ਰਹਿੰਦਾ ਨਾ, ਢੱਕਿਆ ਰਹਿਣ ਦਿਓ। ਇਸ ਸੱਚਾਈ ਨੇ ਸਾਰੀ ਜ਼ਿੰਦਗੀ ਆਪਣੇ ਨਾਲ ਰਹਿਣਾ ਮਾਂ, ਆਪਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨਾ, ਇਸ ਕਰਕੇ ਇਸ ਕਮਰੇ ਦੀ ਜਿਹੜੀ ਸੱਚਾਈ ਆ, ਜਿੰਨਾ 'ਚ ਘਲੂਕੀ ਰਹੇ ਨਾ, ਉਸ 'ਚ ਭਲਾਈ ਆ। ਸਹੀ ਕਹਿੰਦਾ ਪੁੱਤ, ਮੈਂ ਵੀ ਇਹੀ ਸੋਚਦੀ ਸੀ ਵੀ ਹਜੇ ਤਾਂ ਮਨਪ੍ਰੀਤ ਨੂੰ ਆਈ ਨੂੰ 4 ਮਹੀਨੇ ਹੋਏ ਆ, ਭਲਕੇ ਸਾਲ ਵੀ ਹੋ ਜਾਣਾ, ਕਿੰਨਾ ਕੁ ਟਾਈਮ ਆਪਾਂ ਇਸ ਸੱਚਾਈ ਨੂੰ ਲੁਕੋ ਕੇ ਰੱਖਾਂਗੇ, ਇੱਕ ਨਾ ਇੱਕ ਦਿਨ ਤਾਂ ਉਹਨੂੰ ਪਤਾ ਲੱਗਣਾ ਹੀ ਆ। ਚੱਲ ਮਾਂ, ਅੱਗੇ ਜੋ ਉਹ ਦੇਖੀ ਜਾਓ, ਪਰ ਤੂੰ ਉਹਦੇ ਨਾਲ ਪਿਆਰ ਨਾਲ ਬੋਲਿਆ ਕਰ, ਜਦੋਂ ਕਮਰਾ ਖੋਲ੍ਹਦੀ ਹੈ ਜਾਂ ਉਦੋਂ ਲੰਮੀ ਅੜਤੇ ਜਾਂਦੀ ਹੈ, ਉਹਨੂੰ ਪਿਆਰ ਨਾਲ ਰੋਕ ਲਿਆ ਕਰ, ਫਿਰ ਉਹ 'ਚ ਉਹਦਾ ਕੀ ਕਸੂਰ ਆ ਵਿਚਾਰੀ ਦਾ ਭਲਾ। ਠੀਕ ਹੈ ਪੁੱਤ। ਚੱਲ ਠੀਕ, ਮੈਂ ਬਾਹਰ ਬਾਹਰੇ ਗੇੜਾ ਮਾਰਿਆ। ਚੰਗਾ। ਉਹ ਗੁਰਵਿੰਦਰ। ਹਾਂ ਬਾਈ। ਤੂੰ ਕਾਹਨੂੰ ਰੇ ਮੱਥਾ ਮਾਰੀ ਜਾਂਦਾ ਯਾਰ, ਤੂੰ 4 ਅੱਖਰ ਪੜ੍ਹ ਲੈਂਦਾ ਤਾਂ ਕੱਲ੍ਹ ਨੂੰ ਕੰਮ ਵਾਲਾ ਆਊਗਾ ਤਾਂ ਕਰਾ ਲਾਂਗੇ ਯਾਰ। ਬਾਈ ਮੈਨੂੰ ਐਂ ਸੀ ਮੈਂ ਚੱਲ ਸਾਫ਼ ਜਿਹੇ ਕਰਕੇ ਕੋਈ ਸਬਜ਼ੀ ਭਾਜੀ ਲਾ ਦਿੰਦੇ ਹਾਂ। ਉਹ ਤੂੰ 4 ਅੱਖਰ ਪੜ੍ਹ ਲਾ, ਕੀ ਲੈਣਾ ਤਾਂ ਸਬਜ਼ੀਆਂ ਤੋਂ, ਕੋਈ ਨੌਕਰੀ ਲੱਗ ਜਾਏਗਾ। ਬਾਈ ਯਾਰ ਮੈਨੂੰ ਨਹੀਂ ਲੱਗਦਾ ਹੁਣ ਕੋਈ ਨੌਕਰੀ ਮਿਲੂਗੀ।
ਮੈਨੂੰ ਤਾਂ ਲੱਗਦਾ ਖੇਤੀ ਉਹ ਕਰਨੀ ਪਊਗੀ। ਉਹ ਯਾਰ ਮਿਹਨਤ ਕਰੇਗਾ ਤਾਂ ਮਿਲ ਜੂਗੀ ਨੌਕਰੀ, ਕੋਈ ਗੱਲ ਨਹੀਂ। ਨਹੀਂ ਮੈਂ ਕਹਿੰਦਾ ਮੈਂ ਬਾਹਰ ਬੂਹਰ ਨਾ ਲੰਘ ਜਾਂ ਕਿਸੇ ਦੇਸ਼ ਅੱਗੇ ਬਾਹਰੇ ਲੰਘਾਂ ਕਿਸੇ 30-40 ਲੱਖ ਰੁਪਏ ਲੱਗੇ ਨਾ ਬਾਹਰੇ ਜਾਣ ਵਾਸਤੇ। ਪਰ ਬਾਈ ਯਾਰ ਉਰੇ ਬਣਦਾ ਤਾਂ ਹੈ ਨਹੀਂ ਕੋਈ ਹੱਲ ਨੌਕਰੀ ਵਾਲਾ ਆ, ਕਿੰਨੀ ਜਗ੍ਹਾ 'ਤੇ ਮੈਂ ਟਰਾਈ ਕਰ ਲਿਆ। ਗੱਲ ਤਾਂ ਤੇਰੀ ਵੀ ਸਿਆਣੀ ਆ ਕਰ ਯਾਰ, ਹੋਰ ਧਰੀ ਪਈਆਂ ਨੇ। ਹੁਣ ਖੇਤੀ ਦਾ ਵੀ ਕੋਈ ਐਡਾ ਕੰਮ ਨਹੀਂ ਗਾ, 5-7 ਕਿੱਲੇ ਨੇ ਉਹ ਤੁਸੀਂ ਵੀ ਸਾਰੀ ਜਾਂਦੇ ਹੋ। ਹੁਣ ਦੋਏ ਤਾਂ ਆਪਾਂ 5-7 ਕਿੱਲੇ ਕਰਦੇ ਵੀ ਕੀ ਸੋਹਣੇ ਲੱਗਦੇ ਹਾਂ, ਇੱਕ ਬੰਦਾ ਤਾਂ 30-30 ਕਿੱਲੇ ਨੂੰ ਨਹੀਂ ਹੱਲਣ ਦਿੰਦਾ ਹੁੰਦਾ। ਗੱਲ ਤਾਂ ਤੇਰੀ ਸਿਆਣੀ ਆ ਗੁਰਵਿੰਦਰ, ਜਾਂ ਤਾਂ ਮੈਨੂੰ ਕੋਈ ਉਰੇ ਕੰਮ ਕਰਨਾ ਪਊਗਾ ਜਾਂ ਫਿਰ ਬਾਹਰ ਲੰਘਣਾ ਪਊਗਾ, ਕਿਉਂਕਿ ਹੁਣ ਇਕੱਲੀ ਖੇਤੀ ਦੇ ਸਿਰ 'ਤੇ ਆਪਣਾ ਕੋਈ ਸਿਸਟਮ ਹੀ ਨਹੀਂ ਚੱਲਦਾ, ਬਾਹਰਲੀ ਇਨਕਮ ਵੀ ਚਾਹੀਦੀ ਥੋੜ੍ਹੀ ਘਣੀ। ਬਾਹਰੇ ਜਾਣ ਵਾਸਤੇ ਇੱਕ ਅੱਧਾ ਕਿੱਲਾ ਵੜਕਾਉਣਾ ਪਊ। ਕਿੱਲੇ ਤਾਂ ਬਾਈ ਆਪਣੇ ਲਵੇ ਪਹਿਲੀ ਹੀ ਘੱਟ ਨੇ, ਫਿਰ ਬਾਹਰੇ ਕਿੱਥੇ ਵਗ ਜਾਂਗੇ? ਆਪਾਂ ਬੇਬੇ ਨਾਲ ਕਰਦੇ ਹਾਂ ਕੋਈ ਸਲਾਹ, ਦੇਖਦੇ ਹਾਂ ਕਿਸੇ ਛੋਟੇ ਮੋਟੇ ਦੇਸ਼ ਦਾ ਵੀਜ਼ਾ ਲਵਾ ਕੇ। ਮੈਨੂੰ ਨਹੀਂ ਲੱਗਦਾ ਬੇਬੇ ਮੰਨ ਜਾਊਗੀ। ਚੱਲ ਕੋਈ ਨਹੀਂ, ਸਲਾਹ ਕਰਕੇ ਦੇਖ ਲਾਂਗੇ ਕੀ ਤਾਂ ਮੰਨੀ ਜਾਵੇ। ਚੱਲ ਆ ਕੰਮ ਜਾ ਛੱਡ ਤੂੰ ਜਾ ਜਾ, ਆਹੋ ਕਰ ਲਾਂਗੇ ਸਲਾਹ ਬੇਬੇ ਨਾਲ ਜਿਵੇਂ ਕੋਈ ਨਹੀਂ ਜਾਊਗੀ। ਠੀਕ ਉਹਰੇ ਨੂੰ ਕਹੋ ਗਰਮੀ 'ਚ ਖੱਪੀ ਨਾ ਉਰੇ। ਠੀਕ ਆ ਚੱਲ। ਮਨਪ੍ਰੀਤ ਪੁੱਤ। ਹਾਂਜੀ ਮੰਮੀ। ਉਹ ਮੈਂ ਨਾਲ ਦਿਆਂ ਦੀ ਬੁੜੀ ਬਿਮਾਰ ਹੋਈ ਆ, ਜੇ 19 ਗੱਲ ਹੋ ਗਈ ਕਹਿਣਾ ਖਬਰਸਾਰ ਨੂੰ ਤਾਂ ਆਈ ਨਹੀਂ, ਹੁਣ ਬੂਥਾ ਚੱਕ ਕੇ ਆ ਗਏ, ਮੈਂ ਖਬਰ ਲੈ ਆਵਾਂ ਉਹਦੀ। ਕੋਈ ਗੱਲ ਨਹੀਂ ਮੰਮੀ, ਜਾਇਓ ਤੁਸੀਂ। ਆਹੋ ਨਾਲੇ ਪੁੱਤ ਸੱਤਾ ਅਤੇ ਗੁਰਵਿੰਦਰ ਜਦੋਂ ਖੇਤੋਂ ਆਉਂਗੇ ਉਹਨਾਂ ਨੂੰ ਰੋਟੀ ਖਵਾ ਦੇ, ਸਵੇਰੇ ਵੀ ਨਹੀਂ ਕੁਛ ਖਾ ਕੇ ਗਏ, ਚਾਹ ਦਾ ਕੱਪ ਪੀ ਕੇ ਗਏ ਹੋਏ ਆ, ਆਪ ਵੀ ਖਾ ਲਏ ਮੇਰੀ ਧੀ। ਕੋਈ ਨਹੀਂ ਮੰਮੀ, ਤੁਸੀਂ ਬੇਫਿਕਰ ਹੋ ਕੇ ਜਾਓ, ਜਦੋਂ ਆ ਜਾਣਗੇ ਮੈਂ ਰੋਟੀ ਫੜਾ ਦੂੰਗੀ। ਚੱਲ ਕੰਮ ਤਾਂ ਸਾਰਾ ਨਿਬੜ ਗਿਆ, ਆਰਾਮ ਕਰ ਲਈ, ਮੈਂ ਆਉਂਦੀ ਹਾਂ। ਹੈ ਠੀਕ ਆ। ਓਟ ਅੱਗੇ ਪਿੱਛੇ ਕਦੇ ਨਹੀਂ ਇਸ ਕਮਰੇ ਨੂੰ ਜਿੰਦਾ ਲਾਇਆ, ਅੱਜ ਜਿੰਦਾ ਵੀ ਲਾਤਾ, ਬਹੁਤ ਚੰਟ ਆ ਸੱਚੀ ਇਹ ਬੁੜੀ ਤਾਂ। ਹੁਣ ਮੈਂ ਚਾਬੀ ਕਿੱਥੋਂ ਲੱਭਾਂ? ਚਾਬੀ ਦਾ ਟਿਕਾਣਾ ਕਿਹੜਾ, ਉਹਨੇ ਕੋਈ ਚੱਜ ਦਾ ਰੱਖਿਆ ਹੋਣਾ। ਇਹ ਵੀ ਨਹੀਂ ਅੱਗ ਲੱਗਦਾ। ਕਿੱਥੇ ਆ, ਲੱਭ ਜਾ। ਭਾਬੀ ਆ ਤੂੰ ਕੀ ਕਰ ਰਹੀ ਹੈ? ਤੈਨੂੰ ਪਤਾ ਨਾ ਇਸ ਕਮਰੇ ਵਿੱਚ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ। ਗੁਰਵਿੰਦਰ ਮੈਂ ਤਾਂ ਸਫਾਈ ਕਰਨ ਲਈ। ਆਹ ਟਾਈਮ ਹੈ ਕੋਈ ਸਫਾਈ ਕਰਨ ਦਾ? ਭਈ ਤਾਂ ਭਾਬੀ ਨੂੰ ਸਮਝਾਇਆ ਨਹੀਂ ਹੈਗਾ ਵੀ ਇਸ ਕਮਰੇ 'ਚ ਸਾਰਿਆਂ ਨੂੰ ਜਾਣ ਤੋਂ ਮਨਾ ਕੀਤਾ ਹੋਇਆ, ਇਹ ਫੇਰ ਇੱਥੇ ਆ ਕਰ ਰਹੇ ਨੇ। ਮੈਂ ਤੈਨੂੰ 3 ਵਾਰੀ ਮਨਾ ਕੀਤਾ ਵੀ ਕਮਰਾ ਨਾ ਖੋਲਿਆ ਕਰ, ਤੂੰ ਫੇਰ ਵੀ ਇੱਧਰ ਭੱਜੀ ਆਉਣਾ, ਤੇਰੇ ਗੱਲ ਖਰਚ ਨਹੀਂ ਪੈਂਦੀ। ਕੀ ਕਹਦਾ ਮੂੰਹ ਤੋੜਦਾ? ਉਹ ਕਾਹਨੂੰ ਬਈ ਯਾਰ, ਮੈਂ ਤੈਨੂੰ ਸਮਝਾਉਣ ਨੂੰ ਆਖਿਆ ਯਾਰ, ਥੱਪੜ ਮਾਰਨ ਨੂੰ ਥੋੜ੍ਹੀ ਆਖਿਆ। ਇੱਥੇ ਲੋਕਾਂ 'ਚ ਤਮਾਸਾ ਨਾ ਦਿਖਾਓ, ਅੰਦਰ ਬਹਿ ਕੇ ਕਮਰੇ 'ਚ ਪਿਆਰ ਨਾਲ ਸਮਝਾ ਦੇ ਉਹਨੂੰ ਮਾੜਾ ਮੋਟਾ। ਸਮਝਾ ਦੇ ਪਿਆਰ ਨਾਲ ਤੈਨੂੰ? ਚੱਲ ਕੋਈ ਨਾ ਯਾਰ, ਤੂੰ ਚੱਲ ਬਈ। ਮੈਂ ਕੀ ਗਲਤ ਕਰਤਾ ਸੀ ਇਹੋ ਜਿਹਾ, ਇਕੱਲਾ ਕਮਰਾ ਹੀ ਖੋਲ੍ਹਣ ਆਈ ਸੀ, ਇਹ ਤਾਂ ਮੇਰੇ ਹੱਥ ਥੱਪੜ ਮਾਰਨ ਤੱਕ ਵੀ ਆ ਗਏ। ਮੈਨੂੰ ਲੱਗਦਾ ਨਾ ਇਹ ਸਾਰੇ ਪਰਿਵਾਰ ਨੇ ਹਜੇ ਤੱਕ ਮੈਨੂੰ ਇਸ ਪਰਿਵਾਰ ਦਾ ਹਿੱਸਾ ਮੰਨਿਆ ਹੀ ਨਹੀਂ ਹੈਗਾ।
ਜਿਹੜਾ ਮੈਨੂੰ ਕੁਛ ਦੱਸਦੇ ਨਹੀਂ ਹੈਗੇ ਵੀ ਇਹ ਕਮਰੇ ਚ ਹੈਗਾ ਕੀ ਆ। ਉਹ ਬਈ ਯਾਰ ਤੂੰ ਇੱਧਰ ਆ, ਮੇਰੀ ਗੱਲ ਸੁਣ ਪਿਆਰ ਨਾਲ। ਬਈ ਯਾਰ ਮੈਂ ਤੈਨੂੰ ਲੜਨ ਨੂੰ ਥੋੜ੍ਹੀ ਆਖਿਆ ਸੀ, ਪਿਆਰ ਨਾਲ ਸਮਝਾਉਣ ਨੂੰ ਆਖਿਆ ਸੀ, ਤੂੰ ਤਾਂ ਉਹਦੇ ਉਈ ਗੱਲ ਪੈ ਗਿਆ। ਉਹ ਕੀ ਕਰਾਂ ਯਾਰ ਗੁਰਵਿੰਦਰ, ਸਮਝਾਉਣਾ ਤਾਂ ਮੈਂ ਵੀ ਪਿਆਰ ਨਾਲ ਹੀ ਸੀਗਾ। ਜਦੋਂ ਗੱਲ ਸਾਲੀ ਆ ਕਮਰੇ ਦੀ ਆਉਂਦੀ ਨਾ, ਪਤਾ ਨਹੀਂ ਕਿਉਂ ਆਟੋਮੈਟਿਕਲੀ ਗੁੱਸਾ ਆ ਜਾਂਦਾ ਉੱਥੇ ਯਾਰ। ਬਈ ਯਾਰ ਗੁੱਸਾ ਤਾਂ ਹੁਣ ਮੈਨੂੰ ਵੀ ਆਉਂਦਾ, ਪਰ ਹੁਣ ਸਮਝਾਉਣਾ ਤਾਂ ਪਿਆਰ ਨਾਲ ਹੀ ਪਊਗਾ। ਇਹ 4-5 ਮਹੀਨੇ ਦਾ ਵਿਆਹ ਨੂੰ ਹੋਏ ਨੇ, ਲੋਕ ਕੀ ਕਹਿਣਗੇ ਯਾਰ ਜੇ ਐਂ ਤਮਾਸ਼ਾ ਕਰਨ ਲੱਗ ਗਏ ਆਪਾਂ। ਚਲੋ ਕੋਈ ਨਾ ਯਾਰ, ਹਜੇ ਤਾਂ ਗੱਲ ਆਪਣੇ ਪਰਿਵਾਰ 'ਚ, ਕੱਲ੍ਹ ਨੂੰ ਜੇ ਪੇਕੇ ਘਰ ਵਾਗੀ ਫਿਰ ਔਖਾ ਹੋ ਜਾਊਗਾ। ਚਲੋ ਪੇਕੇ ਘਰ ਤਾਂ ਕਦੇ ਤੋਰਨੀ ਯਾਰ, ਚੱਲ ਤੂੰ ਠੰਡਾ ਕਰਦੀ ਮਾੜਾ ਯਾਰ, ਮੈਂ ਪਿੰਡ 'ਚ ਮਾਰਿਆ ਮਾਂ ਕਿਹੜਾ। ਆਹੋ ਚੱਲ ਮੈਂ ਸਮਝਾਊਂਗਾ ਭਾਬੀ ਨੂੰ। ਹਾਂ ਮਾਸੀ ਸਤਿ ਸ਼੍ਰੀ ਅਕਾਲ, ਕੀ ਹਾਲ ਆ? ਮੈਂ ਤਾਂ ਠੀਕ ਹਾਂ, ਤੁਸੀਂ ਦੱਸੋ ਠੀਕ ਠਾਕ ਹੋ? ਕੀ ਹਾਲ ਚਾਲ ਆ? ਸਾਰਾ ਘਰ ਪਰਿਵਾਰ ਠੀਕ ਆ ਸਾਰੇ? ਹਾਂ ਹਾਂ ਮਾਸੀ, ਸਾਰੇ ਵਧੀਆ ਇੱਥੇ ਵੀ, ਕਿਰਪਾ ਬਸ ਮਾਲਕ ਦੀ। ਤੁਸੀਂ ਦੱਸੋ ਅੱਜ ਕਿਵੇਂ ਆਪਦੀ ਧੀ ਨੂੰ ਯਾਦ ਕਰ ਲਿਆ? ਲੈ ਕਮਲੀਏ, ਤੈਨੂੰ ਮੈਂ ਕਦੇ ਭੁੱਲੀ ਹਾਂ? ਅੱਜ ਮੇਰਾ ਫੋਨ ਕਰਨ ਦਾ ਤਾਂ ਕੋਈ ਖਾਸ ਹੀ ਕਾਰਨ ਸੀ। ਅੱਜ ਜਿਹੜੀ ਮੇਰੀ ਨਿੱਕੀ ਨਣਦ ਸੀ, ਉਹਦੀ ਕੁੜੀ ਨੇ ਨਾ ਆਈਲੈਟਸ ਕਰ ਲਈ। ਉਹ ਕਹਿੰਦੇ ਕੋਈ ਰਿਸ਼ਤਾ ਦੇਖ ਉਹਦੇ ਵਾਸਤੇ, ਕੁੜੀ ਵਾਸਤੇ। ਆਹ ਤੇਰੇ ਦਿਓਰ ਨੂੰ ਗੁਰਵਿੰਦਰ ਨੂੰ ਕਰਾ ਦਈਏ, ਕਿਵੇਂ ਹੈ ਮੁੰਡਾ ਇਹ? ਮਾਸੀ ਗੁਰਵਿੰਦਰ ਤਾਂ ਚੱਲ ਵਧੀਆ ਹੈ, ਪਰ ਮੈਨੂੰ ਨਾ ਅੱਜ ਕੱਲ੍ਹ ਮੇਰੀ ਸੱਸ ਦਾ ਸੁਭਾਅ ਨਹੀਂ ਕੁਛ ਜ਼ਿਆਦਾ ਵਧੀਆ ਲੱਗਦਾ। ਉਹ ਮੈਂ ਤਾਂ ਇੱਥੇ ਫਸੀ ਹੋਈ ਹਾਂ, ਐਵੇਂ ਆਪਾਂ ਦੂਜੀ ਕੁੜੀ ਕਾਹਨੂੰ ਫਸਾਉਣੀ ਆ? ਕਿਉਂ, ਕੀ ਗੱਲ ਹੋ ਗਈ? ਇਹੀ ਗੱਲ ਦੀ ਤਾਂ ਮਾਸੀ ਮੈਨੂੰ ਹਜੇ ਤੱਕ ਨਹੀਂ ਸਮਝ ਆਈ। ਕਦੇ ਤਾਂ ਉਹ ਮੇਰੇ ਨਾਲ ਜਮਾਂ ਹੀ ਐਨ ਮੂੰਹ ਦੀ ਮਿੱਠੀ ਬਣ ਜਾਂਦੀ ਹੈ, ਕਦੇ ਕਹਿੰਦੇ ਨਹੀਂ ਹੁੰਦੇ ਆਖੇ ਸੱਸ ਅਤੇ ਸੱਪ 'ਚ ਕੋਈ ਫਰਕ ਨਹੀਂ ਹੁੰਦਾ, ਸੱਪ ਵਾਂਗੂ ਮੈਨੂੰ ਡੰਗਣ ਵਾਲੀ ਹੋ ਜਾਂਦੀ ਆ। ਬਸ ਮੈਂ ਤਾਂ ਇਹਨਾਂ ਗੱਲਾਂ 'ਚ ਹੀ ਉਲਝੀ ਪਈ ਹਾਂ ਵੀ ਆਖਿਰ ਨੂੰ ਉਹਦਾ ਕੀ ਸਿਸਟਮ ਬਣਿਆ ਪਿਆ। ਤਾਂ ਕਰਕੇ ਤੈਨੂੰ ਸਮਝਾਉਂਦੀ ਹਾਂ ਵੀ ਮੈਂ ਤਾਂ ਚੱਲ ਇੱਥੇ ਫਸੀ ਫਸੀ ਹਾਂ, ਜੇ ਐਵੇਂ ਆਪਾਂ ਹੋਰ ਕੁੜੀ ਨੂੰ ਲਿਆ ਕੇ ਫਸਾ ਤਾ ਇੱਥੇ, ਚੱਲ ਮੈਂ ਤਾਂ ਜਰੀ ਜਾਂਦੀ ਹਾਂ, ਅਗਲੀ ਇੱਕ ਟਾਈਮ ਨਹੀਂ ਵੀ ਜਰਨ ਵਾਲੀ ਹੁੰਦੀ। ਜੇ ਮੇਰੀ ਸੱਸ ਨੇ ਉਹਨੂੰ ਗੱਲਾਂ ਬਾਤਾਂ ਕੀਤੀਆਂ, ਉਹ ਬੋਲ ਬੋਲ ਪਈ ਅੱਗੋਂ, ਐਵੇਂ ਲੜਾਈ ਵਧੂਗੀ ਖਾਵੇਂ ਖਾ, ਸਾਰੀ ਗੱਲ ਫਿਰ ਤੇਰੇ ਸਿਰ 'ਤੇ ਆਜੂਗੀ ਵੀ ਭਾਈ ਤੂੰ ਰਿਸ਼ਤਾ ਕਰਵਾਇਆ ਸੀ, ਨਿਬੇੜ ਹੁਣ। ਐਵੇਂ ਕੱਲ੍ਹ ਨੂੰ ਨਿਬੜ ਨਿਬੜਾ ਹੁੰਦਾ ਫਿਰੂਗਾ, ਇੱਥੇ ਹੀ ਗੱਲ ਨੂੰ ਬੰਦ ਕਰ ਦੇ ਬਸ। ਚੱਲ ਠੀਕ ਆ ਮਾਸੀ, ਕੋਈ ਨਹੀਂ, ਸ਼ਾਮ ਨੂੰ ਕਰ ਲਾਂਗੇ ਗੱਲ। ਚੰਗਾ। ਆਲਾ ਗੁਰਵਿੰਦਰ ਸ਼ਾਹ ਲਿਆ ਭਾਬੀ, ਕੀ ਕਰੀ ਆਂਦਾ ਸੀ? ਉਹ ਕੁਛ ਨਹੀਂ ਭਾਬੀ, ਮੈਂ ਤਾਂ ਉਹਦਾ ਪੇਪਰ ਦੀ ਤਿਆਰੀ ਜੀ ਕਰਦਾ। ਗੁਰਵਿੰਦਰ। ਹਾਂ ਭਾਬੀ। ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਸੀ। ਹਾਂ ਪੁੱਛ। ਕੀ ਹੋ ਗਿਆ? ਮੈਂ ਤਾਂ ਤੈਨੂੰ ਇਹੀ ਪੁੱਛਣਾ ਵੀ ਕੀ ਆ ਉਹ ਕਮਰੇ 'ਚ ਜਿਹੜਾ ਤੁਸੀਂ ਮੈਨੂੰ ਜਾਣ ਹੀ ਨਹੀਂ ਦਿੰਦੇ ਹੈਗੇ ਉੱਥੇ। ਜਦੋਂ ਵੀ ਮੈਂ ਉਹਦੇ ਨੇੜੇ ਲੱਗਣ ਲੱਗਦੀ ਹਾਂ ਗੇਟ ਦੇ, ਕੋਈ ਨਾ ਕੋਈ ਮੈਨੂੰ ਉਹਦੇ ਹੀ ਰੋਕ ਲੈਂਦਾ। ਤੂੰ ਹੀ ਦੱਸ ਦੇ ਮੈਨੂੰ। ਉਹ ਕੀ ਆ ਭਾਬੀ, ਤੂੰ ਕਿਉਂ ਜਵਾਖਾਂ ਵਾਂਗੂ ਜਿੱਦ ਕਰੀ ਆ? ਤੈਂ ਕੀ ਲੈਣਾ ਉਹ ਕਮਰੇ 'ਚ ਬਾਰੇ ਜਾਣ ਕੇ ਵੀ ਕੀ ਹੈਗਾ ਅਤੇ ਕੀ ਨਹੀਂ ਹੈਗਾ? ਤੂੰ ਵਾਰ ਵਾਰ ਪੁੱਛ ਕੇ ਸਾਰੇ ਟੱਬਰ ਨੂੰ ਕਿਉਂ ਗੁੱਸੇ ਕਰਿਆ ਕਰਦੀ ਆ? ਗੁਰਵਿੰਦਰ, ਮੈਂ ਵੀ ਇਸ ਘਰ ਦੀ ਨੂੰਹ ਹਾਂ ਅਤੇ ਨੂੰਹ ਹੋਣ ਦੇ ਨਾਂ 'ਤੇ ਇੰਨਾ ਕੁ ਤਾਂ ਤੁਹਾਡਾ ਹੱਕ ਬਣਦਾ ਵੀ ਤੁਸੀਂ ਮੈਨੂੰ ਸਾਰਾ ਕੁਛ ਸੱਚ ਦੱਸ ਸਕੋ। ਭਾਬੀ ਜੇ ਦੱਸਣ ਵਾਲੀ ਗੱਲ ਹੁੰਦੀ ਤਾਂ ਵੀਰਾ ਦੇ ਬੇਬੇ ਹੁਣ ਨੂੰ ਤੈਨੂੰ ਦੱਸ ਦਿੰਦੇ। ਜੇ ਉਹਨਾਂ ਨੇ ਦੱਸਿਆ ਨਹੀਂ ਗਾ ਕੁਛ ਤਾਂ ਸੋਚਿਆ ਹੋਊਗਾ। ਕੋਈ ਨਾ, ਸਹੀ ਟਾਈਮ ਆਉਣਗੇ ਤੈਨੂੰ ਦੱਸ ਦੇਣਗੇ ਉਹ ਆਪੇ। ਪਰ ਗੁਰਵਿੰਦਰ। ਉਹ ਕੀ ਆ ਭਾਬੀ, ਤੂੰ ਤਾਂ ਮਗਰੀ ਪਏ ਨੇ, ਜਦੋਂ ਤੈਨੂੰ ਇੱਕ ਵਾਰੀ ਕਹਿਤਾ ਵੀ ਕੋਈ ਨਹੀਂ ਜਦੋਂ ਸਹੀ ਟਾਈਮ ਆ ਗਿਆ ਤੈਨੂੰ ਦੱਸ ਦਾਂਗੇ, ਕਿਉਂ ਫਿਰ ਜਿੱਦ ਕਰੀ ਆ? ਆ ਤੂੰ ਹੀ ਪੀ ਜਾ, ਮੈਂ ਤਾਂ ਬਾਹਰ ਹੀ ਵਾ। ਲੈ ਹੁਣ ਚਾਹ ਤਾਂ ਪੀ ਲਾ। ਨਾ ਬਸ ਰਹਿਣ ਦੇ, ਤੂੰ ਵੀ ਪੀ ਲਾ। ਹਾਏ ਮੇਰੇ ਰੱਬਾ,
ਕਿਸੇ ਕੋਲੋਂ ਵੀ ਉਸ ਕਮਰੇ ਬਾਰੇ ਪੁੱਛਦੀ ਹਾਂ, ਉਹੀ ਮੈਨੂੰ ਉਲਟਾ ਜਵਾਬ ਦੇ ਕੇ ਭੱਜ ਜਾਂਦਾ, ਉਹੀ ਮੇਰੇ 'ਤੇ ਗੁੱਸਾ ਕਰਨ ਲੱਗ ਜਾਂਦਾ, ਜਿਹਨੂੰ ਵੀ ਉਹ ਕਮਰੇ ਬਾਰੇ ਪੁੱਛ ਲਾਂ ਬਸ। ਪਰ ਮੈਨੂੰ ਇਹ ਪਤਾ ਕਰਨਾ ਪੈਣਾ ਵੀ ਇਹੋ ਜਿਹਾ ਉਸ ਕਮਰੇ 'ਚ ਹੈਗਾ ਕੀ ਆ। ਪਿਛਲੇ ਕਿੰਨੇ ਮਹੀਨੇ ਤੋਂ ਮੈਂ ਇਹੀ ਤਾਂ ਪਤਾ ਕਰੀ ਜਾਂਦੀ ਹਾਂ ਵੀ ਉਹ ਕਮਰੇ 'ਚ ਹੈਗਾ ਕੀ ਆ, ਹੈਗਾ ਕੀ ਆ। ਨਾ ਤਾਂ ਇਹ ਕਮਰਾ ਖੋਲ੍ਹਣ ਦਿੰਦੇ ਆ, ਨਾ ਆਪਦੇ ਮੂੰਹੋਂ ਆਪ ਦੱਸਦੇ ਆ ਵੀ ਕੀ ਆ ਉਸ ਕਮਰੇ ਦੀ ਸੱਚਾਈ। ਹਾਏ ਹਾਏ ਰੱਬਾ, ਮੰਮੀ ਮੰਮੀ ਕੀ ਹੋ ਗਿਆ ਤੁਹਾਨੂੰ, ਅਚਾਨਕ ਇੰਨੀ ਖੰਘ ਕਿਵੇਂ ਲੱਗ ਗਈ, ਤੁਸੀਂ ਸਵੇਰੇ ਦਵਾਈ ਨਹੀਂ ਲਈ? ਦਵਾਈ ਤਾਂ ਲਈ ਸੀ ਪੁੱਤਾਂ, ਪਤਾ ਨਹੀਂ ਇੰਨੀ ਖੰਘ ਜੀ ਕਿਉਂ ਆਈ ਜਾਂਦੀ। ਤੁਸੀਂ ਰੁਕੋ ਮੰਮੀ, ਮੈਂ ਇਹਨਾਂ ਨੂੰ ਫੋਨ ਕਰ ਦਿਆਂ। ਆਏ ਹਾਏ ਘਬਰਾਹਟ ਜਿਹੀ ਹੋਈ ਜਾਂਦੀ ਆ। ਆਏ ਹੈਲੋ, ਕਿੱਥੇ ਹੋ ਤੁਸੀਂ? ਪਲੀਜ਼ ਛੇਤੀ ਘਰੇ ਆ ਜਾਓ, ਮੰਮੀ ਨੂੰ ਨਾ ਪਤਾ ਨਹੀਂ ਬਾਲੀ ਖੰਘ ਲੱਗੀ ਪਈ ਆ, ਇੱਕਦਮ ਹੀ ਪਤਾ ਨਹੀਂ ਕੀ ਹੋ ਗਿਆ। ਇਹ ਤਾਂ ਪਏ ਸੀ ਆਰਾਮ ਨਾਲ, ਨਾਲੇ ਦਵਾਈ ਵੀ ਲਈ ਸੀ ਇਹਨਾਂ ਨੂੰ, ਸਵੇਰੇ ਕੋਈ ਫਰਕ ਨਹੀਂ ਪਿਆ। ਪਲੀਜ਼ ਤੁਸੀਂ ਘਰੇ ਆਓ, ਇਹਨਾਂ ਨੂੰ ਹੌਸਪੀਟਲ ਲੈ ਕੇ ਜਾਓ। ਅੱਛਾ ਚੱਲ ਕੋਈ ਨਹੀਂ, ਫਿਰ ਮੈਂ ਵੀਰ ਜੀ ਨੂੰ ਕਰਦੀ ਹਾਂ ਫੋਨ। ਹਾਏ ਹਾਏ ਮੰਮੀ, ਅੱਜ ਅਚਾਨਕ ਕੀ ਹੋ ਗਿਆ ਤੁਹਾਨੂੰ? ਪਤਾ ਨਹੀਂ ਪੁੱਤ। ਹੈਲੋ ਗੁਰਵਿੰਦਰ, ਕਿੱਥੇ ਆ? ਛੇਤੀ ਘਰੇ ਆ ਜਾ, ਮੰਮੀ ਦੀ ਤਬੀਅਤ ਬਹੁਤ ਖਰਾਬ ਆ, ਇਹਨਾਂ ਨੂੰ ਹੌਸਪੀਟਲ ਲੈ ਕੇ ਜਾਣਾ। ਹਾਂ ਆ ਜਾ ਆ ਜਾ। ਮੰਮੀ ਮੈਂ ਪਾਣੀ ਲਿਆ ਕੇ ਦਿੰਦੀ ਹਾਂ ਤੁਹਾਨੂੰ। ਲਿਆ ਦੇ ਪੁੱਤ। ਹਾਏ ਹਾਏ ਮੇਰੀ ਜਾਨ ਨਿਕਲੀ ਜਾਂਦੀ ਆ। ਹਾਏ ਕੀ ਹੋ ਗਿਆ? ਆ ਗਿਆ ਗੁਰਵਿੰਦਰ। ਹਾਂ ਭਾਬੀ, ਕਿੱਥੇ ਬੇਬੇ? ਜਾ ਮੰਮੀ ਅੰਦਰ ਹੀ ਪਈ ਆ, ਛੇਤੀ ਲੈ ਕੇ ਜਾ, ਉਹਨਾਂ ਦੀ ਜਾਨ ਬਹੁਤ ਔਖੀ ਹੋ ਰਹੀ ਆ। ਚੱਲ ਮੈਂ ਲੈ ਕੇ ਜਾਣਾ। ਕਿਹੜੇ ਵੇਲਿਆਂ ਦਾ ਫੋਨ ਲਾਇਆ ਤੇ ਆਇਆ ਦੇਖ ਲਾ, ਘੰਟਾ ਹੋ ਗਿਆ ਫੋਨ ਲਾਏ ਨੂੰ। ਵੀ ਦੱਸ ਇਹ ਕਿੱਥੇ ਬਿਮਾਰ ਸ਼ਮਾਰ ਬੰਦੇ ਨੂੰ ਟਾਈਮ ਸਿਰ ਲੈ ਕੇ ਪਹੁੰਚ ਜਾਣਗੇ ਕਿਤੇ। ਬੇਬੇ ਠੀਕ ਆ? ਕਿੱਥੋਂ ਠੀਕ ਆ? ਚੱਲ ਉੱਠ, ਆਪਾਂ ਦਵਾਈ ਲੈ ਕੇ ਆਈਏ। ਲੈ ਚੱਲ। ਦਵਾਈ ਨਹੀਂ ਲਈ ਤਾਂ ਸਵੇਰੇ ਆਪਦੀ? ਸ਼ੁਕਰ ਆ ਟਾਈਮ ਤੇ ਆ ਕੇ ਉਹਨੂੰ ਲੈ ਤਾਂ ਗਿਆ, ਨਹੀਂ ਤਾਂ ਵਿਚਾਰੀ ਨੇ ਮੰਮੀ ਨੇ ਘਰੇ ਪਈ ਨੇ ਔਖੀ ਹੋਈ ਜਾਣਾ ਸੀਗਾ। ਜੇ ਕਿਤੇ ਮੈਂ ਇਹਨਾਂ ਦੇ ਆਸਰੇ ਰਹਿੰਦੀ ਬਸ ਫਿਰ ਤਾਂ। ਗੁਰਵਿੰਦਰ ਤਾਂ ਮੰਮੀ ਨੂੰ ਦਵਾਈ ਦਵਾਉਣ ਲੈ ਗਿਆ ਤੇ ਇਹਨਾਂ ਨੇ ਹਜੇ ਸ਼ਾਮ ਤੱਕ ਘਰੇ ਨਹੀਂ ਆਉਣਾ। ਇਹੀ ਮੇਰੇ ਕੋਲ ਸਹੀ ਮੌਕਾ ਹੈ ਕਮਰੇ ਨੂੰ ਖੋਲ੍ਹਣ ਦਾ। ਭਾਂਡੇ ਭੁੰਡੇ ਤਾਂ ਬਾਅਦ 'ਚ ਦੇਖੀ ਜਾਊ, ਇਦੋਂ ਪਹਿਲਾਂ ਇਹ ਘਰੇ ਮੁੜ ਕੇ ਆਉਣਾ। ਮੈਂ ਤਾਂ
ਕਮਰੇ 'ਚ ਤਾਂ ਇਹੋ ਜਿਹਾ ਕੁਛ ਵੀ ਨਹੀਂ ਹੈਗਾ, ਫਿਰ ਮੈਨੂੰ ਕਿਉਂ ਆਉਣ ਤੋਂ ਰੋਕਦੇ ਸੀ? ਮੈਨੂੰ ਤਾਂ ਇਹ ਹੁੰਦਾ ਸੀ ਵੀ ਸ਼ਾਇਦ ਕਿਸੇ ਨੂੰ ਅੰਦਰ ਇਹਨਾਂ ਨੇ ਬੰਦ ਨਾ ਕਰ ਰੱਖਿਆ ਹੋਵੇ, ਸ਼ਾਇਦ ਕੋਈ ਚੀਜ਼ ਨਾ ਹੋਵੇ, ਪਰ ਇੱਥੇ ਤਾਂ ਸਾਰਾ ਕੁਛ ਹੀ ਨੋਰਮਲ ਆ। ਅਸਤੀਆਂ ਨੇ ਕਿਸੇ ਦੀਆਂ, ਪਰ ਇਹ ਕਾਹਤੋਂ ਰੱਖੀਆਂ ਹੋਈਆਂ ਨੇ ਇਹਨਾਂ ਨੇ? ਮਰਪ੍ਰੀਤ, ਮੇਰੇ ਥੱਪੜ ਚਾਹੇ ਜਿੰਨੇ ਮਰਜ਼ੀ ਮਾਰ ਲਓ, ਪਰ ਸੱਚਾਈ ਤਾਂ ਹੁਣ ਮੇਰੇ ਸਾਹਮਣੇ ਆ ਹੀ ਗਈ ਆ, ਤੇ ਇਹ ਤੁਹਾਨੂੰ ਦੱਸਣਾ ਵੀ ਪਊਗਾ ਵੀ ਕੀ ਹੈ ਸਾਰਾ ਕੁਛ। ਤੂੰ ਆਪਣੀਆਂ ਹਰਕਤੋਂ ਬਾਜ਼ ਨਹੀਂ ਨਾ ਆਈ, ਤੈਨੂੰ ਕਿੰਨੇ ਵਾਰੀ ਮਨਾ ਕੀਤਾ ਵੀ ਇਸ ਕਮਰੇ 'ਚ ਨਾ ਆਇਆ ਕਰ, ਤੂੰ ਤਾਂ ਪਾਗਲ ਹੋ ਰਹੀ ਹੈ ਇਸ ਕਮਰੇ ਦੀ ਸੱਚਾਈ ਜਾਣ ਪਿੱਛੇ। ਮੰਮੀ ਮੈਂ ਬਹੁਤ ਵਾਰੀ ਪੁੱਛਿਆ ਸੀ ਤੁਹਾਨੂੰ, ਪਰ ਤੁਸੀਂ ਮੈਨੂੰ ਕਦੇ ਵੀ ਆਪਦੇ ਮੂੰਹੋਂ ਇਹ ਨਹੀਂ ਦੱਸਿਆ ਵੀ ਇਸ ਕਮਰੇ 'ਚ ਕੀ ਆ। ਮੇਰੇ ਵੀ ਤਾਂ ਦਿਲ ਨੂੰ ਇਹ ਸੀ ਵੀ ਮੈਂ ਵੀ ਉਹ ਚੀਜ਼ ਬਾਰੇ ਜਾਣਨਾ ਜਿਹੜੀ ਤੁਸੀਂ ਇਸ ਕਮਰੇ 'ਚ ਲੁਕੋ ਕੇ ਰੱਖੀ ਹੈ। ਉਹ ਤੂੰ ਕੀ ਜਾਣਨਾ ਚਾਹੁੰਦੀ ਹਾਂ? ਕੀ ਕਰੇਗੀ ਜਾਣ ਕੇ ਤੂੰ? ਸਭ ਕੁਝ ਸਹੀ ਕਰ ਦੇਗੀ? ਚਾਹੇ ਸਹੀ ਕੁਝ ਹੋਵੇ ਚਾਹੇ ਨਾ ਹੋਵੇ, ਪਰ ਮੇਰਾ ਹੱਕ ਬਣਦਾ ਵੀ ਮੈਂ ਇਸ ਘਰ ਦੀ ਹਰ ਇੱਕ ਚੀਜ਼ ਬਾਰੇ ਜਾਣ ਸਕਾਂ। ਮੈਨੂੰ ਬਸ ਸੱਚਾਈ ਚਾਹੀਦੀ ਹੈ। ਤੁਹਾਡੇ ਲਈ ਬਿਹਤਰ ਇਹੀ ਆ ਵੀ ਤੁਸੀਂ ਆਪਦੇ ਮੂੰਹੋਂ ਮੈਨੂੰ ਸੱਚਾਈ ਦੱਸ ਦੇਵੋ। ਕੀ ਦੀਆਂ ਨੇ ਇਹ ਅਸਤੀਆਂ ਤੇ ਕਿਉਂ ਸਾਂਭੀ ਬੈਠੇ ਹੋ ਤੁਸੀਂ? ਚੱਲ ਠੀਕ ਹੈ, ਪਰ ਸੁਣ ਇਸ ਕਮਰੇ ਦੀ ਸੱਚਾਈ। ਚੰਗਾ ਡੈਡੀ ਜੀ, ਮੈਂ ਕਾਲਜ ਜਾਂਦੀ ਹਾਂ। ਵਾਹ ਓਏ ਮੇਰੇ ਸ਼ੇਰ ਪੁੱਤਰਾ, ਅੱਜ ਸਵੇਰੇ ਸਵੇਰੇ ਤਿਆਰ ਹੋ ਗਿਆ, ਸੂਰਜ ਕਿਹੜੇ ਪਾਸੇ ਚੜ੍ਹਿਆ ਅੱਜ? ਡੈਡੀ ਜੀ ਤੁਸੀਂ ਵੀ ਨਾ ਗੱਲਾਂ ਸੁਣਨ 'ਚ ਕੋਈ ਮੌਕਾ ਨਹੀਂ ਛੱਡਦੇ। ਅੱਜ ਸਾਡੇ ਕਾਲਜ ਵਿੱਚ ਤੀਆ ਦਾ ਫੰਕਸ਼ਨ ਹੈ, ਤਾਂ ਕਰਕੇ ਅੱਜ ਮੈਂ ਛੇਤੀ ਤਿਆਰ ਹੋਊਗੀ। ਇਹ ਤਾਂ ਬਹੁਤ ਵਧੀਆ ਗੱਲ ਆ ਪੁੱਤ, ਵੀ ਸਕੂਲੇ ਫੰਕਸ਼ਨ ਹੁੰਦੇ ਰਹਿੰਦੇ ਨੇ। ਇਹ ਵੀ ਦੱਸ ਸਕੂਲ 'ਚ ਕਦੇ ਪੜ੍ਹਾਉਂਦੇ ਪੜ੍ਹਾਉਂਦੇ ਵੀ ਨੇ ਕਿ ਨਾ? ਹਰ ਵੇਲੇ ਹਰ ਟਾਈਮ ਕਹਿੰਦੀ ਰਹਿਣੀ ਆ ਫਸਕਣਾ ਫਸਕਣਾ, ਫਾਕੀ ਫੰਕਸ਼ਨ ਫੰਕਸ਼ਨ, ਭਾਈ ਮੈਨੂੰ ਨਹੀਂ ਪਤਾ। ਡੈਡੀ ਜੀ ਪਹਿਲੀ ਗੱਲ ਤਾਂ ਇਹ, ਸਕੂਲ ਜਾਣਾ ਤਾਂ ਮੈਂ ਕਦੋਂ ਦਾ ਛੱਡਤਾ? ਸਕੂਲ ਦੀ ਪੜ੍ਹਾਈ ਤਾਂ ਕਦੋਂ ਦੀ ਕੰਪਲੀਟ ਹੋ ਗਈ, ਹੁਣ ਮੈਂ ਕਾਲਜ ਪੜ੍ਹਦੀ ਹਾਂ ਤੇ ਇਹੋ ਜਿਹੇ ਨਿੱਕੇ ਮੋਟੇ ਫੰਕਸ਼ਨ ਨਾ ਸਾਡੇ ਕਾਲਜ ਰੈਗੂਲਰ ਹੁੰਦੇ ਰਹਿੰਦੇ ਆ। ਲੈ ਪੁੱਤ ਦੇਖ, ਆਪਾਂ ਦਾ ਸਕੂਲ ਤੱਕ ਪਤਾ, ਉਹ ਵੀ ਸਾਡਾ ਇੱਥੇ ਪੰਜਵੀਂ ਦਾ, ਆਪਣੇ ਤੈਨੂੰ ਪਤਾ ਹੀ ਆਪਣੇ, ਹੈ ਨਾ? ਆ ਮੈਨੂੰ ਨਹੀਂ ਪਤਾ ਕਾਲਜ ਕੀ ਆ। ਇਹ ਦੱਸ ਕਿਸੇ ਪੈਸੇ ਟਕੇ ਦੀ ਲੋੜ ਹੈਗੀ ਆ? ਹਾਂ ਡੈਡੀ ਜੀ ਦੇ ਦਿਓ ਮੈਨੂੰ ਥੋੜੇ ਪੈਸੇ। 500 ਨਾਲ ਸਰ ਜੂਗਾ? ਡੈਡੀ ਜੀ 1000 ਕਰ ਦਿਓ। ਜਦੋਂ ਤੁਸੀਂ ਪੜ੍ਹਦੇ ਸੀ ਨਾ, ਜਦੋਂ ਤੇਰਾ ਦਿਲ ਕਰਦਾ ਸੀਗਾ ਤੂੰ ਬੇਬੇ ਨੂੰ ਕਹਿੰਦਾ ਸੀ ਆਪਦੀ ਨੂੰ, ਠੀਕ ਹੈ ਨਾ? ਤੇਰੀ ਬੇਬੇ ਮੈਨੂੰ ਕਹਿੰਦੀ ਸੀ, ਗਿੱਜੇ ਚ ਪਾਇਆ ਹੱਥ ਕੱਢੇ ਪੈਸੇ, ਚੱਲ ਮੇਰੇ ਭਾਈ
ਉਹ ਵੱਡੇ ਨੇ ਕਿਹੜਾ ਘੱਟ ਕੀਤੀ ਉਹ ਵੀ ਕਹਿੰਦਾ ਦੀ ਬਾਪੂ 500 ਦਾ ਦੀ ਮਾੜਾ ਜਾ ਹੋਰ ਚਲੋ ਠੀਕ ਹੈ ਵੀਰੇ ਹੁਣ ਮੈਂ ਜਾਂਦੀ ਹਾਂ ਲੇਟ ਹੋ ਰਹੀ ਹਾਂ ਮੈਂ ਠੀਕ ਹੈ ਭੈਣੇ ਠੀਕ ਹੈ ਪੁੱਤ ਨਹੀਂ ਨਹੀਂ ਕੋਈ ਨਹੀਂ ਵੀਰੇ ਮੈਂ ਚੱਲਦਾ ਹੋਰ ਤੂੰ ਚੱਲ ਬਸ ਆਉਣ ਵਾਲੀ ਹਾਂ ਲੇਟ ਹੋ ਜਾਏਗੀ ਉਹ ਚੰਗਾ ਪੁੱਤ ਬਾਏ ਬਾਏ ਥੋੜਾ ਜਿਹਾ ਬਾਪੂ ਦਾ ਧਿਆਨ ਰੱਖ ਜਿਆਦੇ ਨਾ ਚਮਲਾ ਉਹ ਕਾਨੂੰ ਪੁੱਤਰਾ ਆਪਣਾ ਇਹ ਸ਼ੇਰ ਆ ਤੁਹਾਡਾ ਛੋਟਾ ਭਾਈ ਆ ਇਹ ਠੀਕ ਹੈ ਹਾਂ ਹਾਂ ਠੀਕ ਹੈ ਹਾਂ ਜੋਤੀ ਕਿਵੇਂ ਠੀਕ ਹੈ ਮੈਂ ਤਾਂ ਠੀਕ ਹਾਂ ਤੁਸੀਂ ਨਹੀਂ ਠੀਕ ਲੱਗਦੇ ਹੈਗੇ ਰੋਜ਼ ਹੀ ਤੁਸੀਂ ਮੈਨੂੰ ਐਵੇਂ ਵੇਟ ਕਰਾਉਂਦੇ ਹੋ ਫਿਰ ਕੀ ਹੋ ਗਿਆ ਯਾਰ 5-10 ਮਿੰਟ ਦਾ ਬੰਦਾ ਲੇਟ ਹੋ ਹੀ ਜਾਂਦਾ ਹੋਰ 10 ਮਿੰਟ ਉੱਡ ਕੇ ਆ ਜਾਂਦਾ ਆਹੋ ਇਹੋ ਜਿਹੀਆਂ ਗੱਲਾਂ ਤੁਹਾਨੂੰ ਕਿੱਥੋਂ ਆਉਂਦੀਆਂ ਨੇ ਗੱਲਾਂ ਦਾ ਤਾਂ ਤੁਸੀਂ ਕੜਾਹ ਬਣਾ ਦਿੰਦੇ ਹੋ ਨਾ ਉੱਡ ਕੇ ਆਉਣ ਨੂੰ ਕਿਹੜਾ ਤੁਸੀਂ ਸ਼ਕਤੀਮਾਨ ਹੋ ਭੁੱਲਿਆ ਯਾਰ ਇਹ ਕੀ ਬੋਲੀ ਜਾਂਦੀ ਹੈ ਨਾਲੇ ਜਿੱਦਾਂ ਦੇ ਸਵਾਲ ਕਰੇਗੀ ਨਾ ਉੱਦਾਂ ਦੀ ਜਵਾਬ ਦਊਗਾ ਫਿਰ ਤੂੰ ਸਾਰਾ ਬਲੇਮ ਮੇਰੇ 'ਤੇ ਲਾ ਦੇਣੀ ਹੈ ਕਿ ਮੈਂ ਗਲਤ ਹੈਗਾ ਹੁਣ ਛੱਡੋ ਵੀ ਆਹ ਫਾਲਤੂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਮੈਨੂੰ ਐਂ ਦੱਸੋ ਜਿਹੜੇ ਤੁਸੀਂ ਨੌਕਰੀ ਦੇ ਫਾਰਮ ਭਰੇ ਸੀਗੇ ਉਹਦਾ ਕੱਲ੍ਹ ਇੰਟਰਵਿਊ ਸੀਗਾ ਕੀ ਬਣਿਆ ਮੈਂ ਤੁਹਾਨੂੰ ਕੱਲ੍ਹ ਸ਼ਾਮ ਕਾਲ ਵੀ ਕਰੇ ਪਰ ਤੁਸੀਂ ਪਿੱਕ ਹੀ ਨਹੀਂ ਕੀਤਾ ਉਹ ਯਾਰ ਫੋਨ ਦੀ ਮੇਰੇ ਦੇ ਨਾ ਡਿਸਪਲੇ ਖਰਾਬ ਹੋ ਗਈ ਪਤਾ ਹੀ ਨਹੀਂ ਲੱਗਿਆ ਅਤੇ ਰਹੀ ਗੱਲ ਇੰਟਰਵਿਊ ਦੀ ਯਾਰ ਕੁਛ ਸਵਾਲਾਂ ਦੇ ਨਾ ਮੇਰੇ ਤੋਂ ਜਵਾਬ ਨਹੀਂ ਦਿੱਤੇ ਗਏ ਇਸ ਕਰਕੇ ਮੇਰੀ ਸਿਲੈਕਸ਼ਨ ਨਹੀਂ ਹੋਈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਆਹੀ ਕੁਛ ਹੋਣਾ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਸੀ ਵੀ ਜਨਰਲ ਨੌਲੇਜ ਦੇ ਤੁਸੀਂ ਕੁਸ਼ਚਨ ਯਾਦ ਕਰ ਲਓ ਪਰ ਨਹੀਂ ਤੁਸੀਂ ਤਾਂ ਕਹਿੰਦੇ ਮੈਨੂੰ ਸਾਰਾ ਕੁਛ ਆਉਂਦਾ ਜੇ ਤੁਹਾਨੂੰ ਨੌਕਰੀ ਨਾ ਮਿਲੀ ਮੈਂ ਘਰੇ ਕੀ ਜਵਾਬ ਦੇਵਾਂਗੀ ਕੀ ਗੱਲ ਕਰਾਂਗੀ ਮੈਂ ਤੁਹਾਡੇ ਵਿਆਹ ਬਾਰੇ ਉਹ ਯਾਰ ਨੌਕਰੀ ਦਾ ਰਹੀ ਇੱਕ ਪਾਸੇ ਪਹਿਲਾਂ ਇਹ ਦੱਸ ਤੇਰੇ ਘਰ ਦੇ ਇੰਟਰਕਾਸਟ ਮੈਰਿਜ ਲਈ ਮੰਨ ਜਾਣਗੇ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਘਰੇ ਮੈਂ ਗੱਲ ਕਰਕੇ ਦੇਖ ਲੈਂਦੀ ਹਾਂ ਫਿਲਹਾਲ ਮੈਨੂੰ ਤਾਂ ਐਵੇਂ ਹੀ ਲੱਗਦਾ ਵੀ ਡੈਡੀ ਆਪਣੇ ਵਿਆਹ ਨੂੰ ਜ਼ਰੂਰ ਮੰਨ ਜਾਣਗੇ ਜੇ ਨਾ ਵੀ ਮੰਨੇ ਤਾਂ ਕੋਈ ਹੋਰ ਹੱਲ ਕਰ ਲਾਂਗੇ ਨਾ ਹੱਲ ਤੋਂ ਕੀ ਮਤਲਬ ਹੈ ਤੇਰਾ ਕਿ ਆਪਾਂ ਭੱਜ ਕੇ ਵਿਆਹ ਕਰਾ ਲਾਂਗੇ ਹੋਰ ਫਿਰ ਕੀ ਹੱਲ ਕਰ ਸਕਦੇ ਹਾਂ ਮੈਂ ਸਾਰੀ ਜ਼ਿੰਦਗੀ ਤਾਂ ਤੁਹਾਡੇ ਨਾਲ ਸੋਚੀ ਪਈ ਹੈ ਮੈਂ ਤਾਂ ਹੋਰ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ ਵਿਆਹ ਕਰਾਉਣਾ ਤਾਂ ਮੈਂ ਤੁਹਾਡੇ ਨਾਲ ਹੀ ਕਰਾਉਣਾ ਚੱਲ ਕੋਈ ਨਾ ਯਾਰ ਇੱਕ ਵਾਰ ਘਰੇ ਗੱਲ ਕਰਕੇ ਦੇਖਦੇ ਹਾਂ ਤੂੰ ਇੱਦਾਂ ਕਰ ਅੱਜ ਘਰੇ ਜਾਈਂ ਨਾ ਤਾਂ ਗੱਲ ਕਰੀ ਘਰੇ ਠੀਕ ਹੈ ਚਲੋ ਹੁਣ ਮੈਨੂੰ ਕਾਲਜ ਛੱਡ ਦਿਓ ਮੈਂ ਲੇਟ ਹੋ ਰਹੀ ਹਾਂ ਚੱਲ ਅੱਜ ਮੇਰਾ ਐਗਜ਼ਾਮ ਵੀ ਠੀਕ ਹੈ ਓਹੋ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਲੈ ਆ ਗਿਆ ਮੇਰਾ ਸ਼ੇਰ ਪੁੱਤ ਹਾਂਜੀ ਡੈਡੀ ਜੀ ਆ ਗਈ ਮੈਂ ਤੁਸੀਂ ਕੀ ਕਰਦੇ ਸੀ ਕੋਠੇ ਤੇ ਉਹ ਬਸ ਉਹੀ ਵਗ ਗਿਆ ਸੀਗਾ ਇਹ ਦੱਸ ਕਿਵੇਂ ਰਿਹਾ ਫਿਰ ਤੀਆਂ ਦਾ ਮੇਲਾ ਸਕੂਲ ਦਾ ਵਧੀਆ ਰਿਹਾ ਡੈਡੀ ਜੀ ਅੱਛਾ ਫੰਕਸ਼ਨ ਬਹੁਤ ਵਧੀਆ ਹੋਇਆ ਹਾਂ ਤੇ ਡੈਡੀ ਜੀ ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਉਹ ਦੱਸ ਪੁੱਤ ਕੀ ਗੱਲ ਕਰਨੀ ਆ ਮੈਨੂੰ ਸਮਝ ਨਹੀਂ ਆ ਰਿਹਾ ਡੈਡੀ ਮੈਂ ਕਿਵੇਂ ਗੱਲ ਕਰਾਂ ਤੁਹਾਡੇ ਨਾਲ ਤੂੰ ਨਾ ਬੇਫਿਕਰ ਹੋ ਕੇ ਜਿਹੜੀ ਵੀ ਦਿਲ 'ਚ ਗੱਲ ਆ ਤੂੰ ਉਹੀ ਕਰ ਮੇਰੇ ਨਾਲ ਡੈਡੀ ਜੀ ਮੈਨੂੰ ਨਾ ਇੱਕ ਮੁੰਡਾ ਬਹੁਤ ਪਸੰਦ ਹੈ ਤੇ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਮੁੰਡਾ ਪਸੰਦ ਹੈ ਫਿਰ ਇਹ 'ਚ ਡਰਨ ਵਾਲੀ ਕੀ ਗੱਲ ਆ ਪੁੱਤ ਤੂੰ ਇਹ ਦੱਸ ਮੁੰਡਾ ਕਿਹੜੇ ਪਿੰਡ ਦਾ ਕੀ ਕੰਮ ਕਾਰ ਕਰਦਾ ਠੀਕ ਹੈ ਨਾ ਕਿਹੜੀ ਬਰਾਦਰੀ 'ਚੋਂ ਆ ਆਪਾਂ ਜਾ ਕੇ ਦੇਖ ਆਉਂਦੇ ਹਾਂ ਡੈਡੀ ਜੀ ਨੌਕਰੀ ਤਾਂ ਹਜੇ ਉਹਨੂੰ ਕੋਈ ਮਿਲੀ ਨਹੀਂ ਹੈਗੀ ਪਰ ਉਹਨੇ ਫਾਰਮ ਫੁਰਮ ਭਰੇ ਹੋਏ ਨੇ ਨੌਕਰੀਆਂ ਦੇ ਜਲਦੀ ਉਹਨੂੰ ਨੌਕਰੀ ਮਿਲ ਜੂਗੀ ਪਰ ਡੈਡੀ ਇੱਕ ਮੁਸ਼ਕਲ ਇਹ ਵੀ ਹੈ ਕਿ ਉਹ ਆਪਣੀ ਬਰਾਦਰੀ ਦਾ ਨਹੀਂ ਹੈਗਾ ਕੀ ਕਿਹਾ ਹਾਂ ਡੈਡੀ ਆਪਣੀ ਕਾਸਟ ਦਾ ਨਹੀਂ ਹੈਗਾ ਉਹ ਗੱਲ ਸੁਣ ਜੋਤੀ ਮੇਰੀ ਇੱਕ ਇਹਦਾ ਮਤਲਬ ਇਹ ਨਹੀਂ ਜੇ ਤੈਨੂੰ ਆਜ਼ਾਦੀ ਦਿੱਤੀ ਆ ਤੂੰ ਮਨ ਮਰਜ਼ੀ ਕਰੇ ਤੇਰਾ ਵਿਆਹ ਉੱਥੇ ਹੋਊਗਾ ਜਿਹੜੀ ਆਪਣੇ ਬਰਾਬਰ ਦਾ ਖਾਨਦਾਨ ਹੋਊਗਾ ਬਰਾਦਰੀ ਤੋਂ ਬਾਹਰ ਜਾ ਕੇ ਨਾ ਮੈਂ ਤੇਰਾ ਰਿਸ਼ਤਾ ਨਹੀਂ ਕਰਦਾ ਪਰ ਡੈਡੀ ਮੈਂ ਉਹਨੂੰ ਪਿਆਰ ਕਰਦੀ ਹਾਂ
ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦੀ ਹੈਗੀ। ਹੱਥੇ ਦਿਮਾਗ ਚੋਂ ਨਾ ਪਿਆਰ ਪਿਉਰ ਦਾ ਕੀੜਾ ਕੱਢ ਦੇ। ਤੇਰੀ ਇਹੋ ਜਿਹੀ ਸੰਗੀ ਨੱਪੂੰਗਾ ਨਾ, ਇਹੋ ਜਿਹੀ ਸੰਗੀ ਨੱਪੂ ਤੇ ਸਾਹ ਨਹੀਂ ਨਿਕਲਣਾ ਤੇਰਾ। ਡੈਡੀ ਮੈਂ ਹੋਰ ਕਿਤੇ ਵਿਆਹ ਨਹੀਂ ਕਰਾ ਸਕਦੀ, ਮੈਂ ਮਰ ਜਾਵਾਂਗੀ। ਤੈਨੂੰ ਹਜੇ ਮੇਰਾ ਕਿਹਾ ਸੁਣਿਆ ਨੀ? ਆ ਮਗਰਮੱਛ ਦੇ ਜਿਹੜੇ ਹੰਝੂ ਸਿੱਟ ਰਹੀਆਂ ਨਾ, ਇਹਨਾਂ ਨੂੰ ਬੰਦ ਕਰਨਾ, ਨਾਲ ਤਾਂ ਵੱਡੂਗਾ ਤੇਰਾ ਗਾਟਾ। ਫਿਰ ਮੈਂ ਆਪ ਰੋਲਣ ਲੱਗੀ ਆ ਮਿੱਟੀ। ਮੈਨੂੰ ਨੀ ਪਤਾ ਸੀ ਉਹਨੇ ਛੋਟੇ ਨੇ ਸਹੀ ਕਿਹਾ ਸੀ, ਬਾਪੂ ਦੇਖੀ ਕਿਤੇ ਨਵਾਂ ਚੰਦ ਚਾੜਦੇ। ਇਹ ਚੁੱਪ ਕਿਉਂ ਕਰ ਗਏ? ਇਹ ਤੂੰ ਅੱਗੇ ਕੀ ਹੋਇਆ? ਅੱਗੇ ਕੀ ਹੋਣਾ ਸੀ ਸ਼ਾਇਦ ਤੈਨੂੰ ਪਤਾ ਨਹੀਂ, ਬਾਪੂ ਕਿੰਨਾ ਅਣਖੀ ਸੀ। ਜੋਤੀ ਦੀ ਇਹ ਗਲਤੀ ਬਾਪੂ ਤੋਂ ਬਰਦਾਸ਼ਤ ਨਹੀਂ ਹੋਈ ਤੇ ਬਾਪੂ ਨੇ ਜੋਤੀ ਨੂੰ ਤੇ ਬਾਪੂ ਆਪ ਉਸ ਤੋਂ ਬਾਅਦ ਬਾਪੂ ਨੇ ਆਪਣੇ ਆਪ ਨੂੰ ਵੀ ਖਤਮ ਕਰ ਲਿਆ। ਚਲੋ ਉਹ ਤਾਂ ਜੋ ਹੋਣਾ ਸੀ ਸੋ ਹੋ ਗਿਆ, ਪਰ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਤਾਂ ਦੇ ਦਿਓ ਕਿ ਉਹਨਾਂ ਦੋਨਾਂ ਦੀ ਆਸਤੀਆਂ ਨੂੰ ਆਏ ਪ੍ਰਾਣ ਕਿਉਂ ਕਰਕੇ ਰੱਖਿਆ ਤੁਸੀਂ? ਕਿਉਂਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣਾ ਚਾਹੁੰਦੇ ਸੀ ਵੀ ਆਪਣੀ ਬਰਾਦਰੀ ਤੋਂ ਬਾਹਰ ਵਿਆਹ ਕਰਵਾਉਣ ਦਾ ਕੀ ਨਤੀਜਾ ਹੁੰਦਾ। ਮੰਮੀ ਜਾਤ ਪਾਤ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ, ਕੀ ਦੱਸੋਗੇ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ? ਇੱਕ ਪਿਓ ਨੇ ਆਪਦੀ ਇੱਜ਼ਤ ਦੀ ਖਾਤਰ ਆਪਦੀ ਧੀ ਨੂੰ ਮਾਰਤਾ। ਮੈਂ ਸਮਝ ਸਕਦੀ ਹਾਂ ਵੀ ਡੈਡੀ ਨੇ ਇਹ ਸਾਰਾ ਕੁਛ ਕਿਉਂ ਕੀਤਾ, ਉਦੋਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ, ਪਰ ਤੁਸੀਂ ਇੱਕ ਵਾਰੀ ਇਹ ਵੀ ਤਾਂ ਸੋਚੋ ਨਾ ਵੀ ਉਹਨਾਂ ਦੋਨਾਂ ਨੇ ਕੀ ਗਲਤੀ ਕੀਤੀ ਸੀ। ਸਿਰਫ ਇੱਕ ਦੂਜੇ ਨੂੰ ਪਿਆਰ ਹੀ ਕੀਤਾ ਸੀ। ਜਦੋਂ ਜੋਤੀ ਨੇ ਤੁਹਾਨੂੰ ਸਾਰੀ ਗੱਲ ਦੱਸਤੀ ਸੀ ਫਿਰ ਇਹਦੇ ਵਿੱਚ ਤੁਸੀਂ ਨਹੀਂ ਮੰਨੇ, ਹੋਰ ਕਿਹੜਾ ਕਦਮ ਚੱਕਦੀ? ਉਹਦੇ ਕੋਲੇ ਸਿਰਫ ਇੱਕ ਹੀ ਕਦਮ ਸੀ, ਉਹਨੇ ਉਹੀ ਚੱਕਿਆ। ਪਰ ਮੇਰਾ ਸਵਾਲ ਹਜੇ ਵੀ ਤੁਹਾਨੂੰ ਸਿਰਫ ਇਹੀ ਆ ਵੀ ਤੁਸੀਂ ਇਹਨਾਂ ਨੂੰ ਕਿਉਂ ਸਾਂਭ ਕੇ ਰੱਖਿਆ? ਇਹ ਤਾਂ ਸਾਂਭ ਕੇ ਰੱਖੀਆਂ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਦੇ ਵਿੱਚ ਕੋਈ ਵੀ ਇਹ ਗਲਤੀ ਕਰਨ ਤੋਂ ਪਹਿਲਾਂ ਇਹਨਾਂ ਹਸਤਿਆਂ ਨੂੰ ਦੇਖ ਕੇ 100 ਵਾਰ ਸੋਚੇ। ਬੱਚਿਆਂ ਨੂੰ ਸਮਝਾਉਣ ਦੇ ਹੋਰ ਵੀ ਤਰੀਕੇ ਬਹੁਤ ਹੁੰਦੇ ਆ, ਤੁਹਾਨੂੰ ਇਹੀ ਕਿਉਂ ਲੱਗਦਾ ਵੀ ਇਹੀ ਇੱਕ ਤਰੀਕਾ ਸਹੀ ਆ? ਮੰਮੀ ਤੁਸੀਂ ਨਾ ਆਪਦੀ ਬਹੁਤ ਹੀ ਮਾੜੀ ਯਾਦ ਨੂੰ ਆਪਦੇ ਕੋਲ ਸਾਂਭ ਕੇ ਰੱਖੀ ਬੈਠੇ ਹੋ। ਮੇਰੀ ਮੰਨੋ, ਦੋਨਾਂ ਦੀਆਂ ਆਸਤੀਆਂ ਨੂੰ ਵਿਰਾਨ ਕਰਨ ਤੋਂ ਚੰਗਾ ਜਾ ਕੇ ਬਹਾ ਆਓ। ਤੈਨੂੰ ਕੀ ਲੱਗਦਾ ਭਾਬੀ, ਅਸੀਂ ਆਹ ਸਾਰਾ ਕੁਛ ਬਹੁਤ ਚਾਅ ਨਾਲ ਕੀਤਾ? ਗੁਰਵਿੰਦਰ ਮੈਂ ਨਹੀਂ ਕਹਿੰਦੀ ਵੀ ਇਹ ਸਾਰਾ ਕੁਛ ਤੁਸੀਂ ਚਾਅ ਨਾਲ ਕੀਤਾ ਹੋਊਗਾ, ਮੈਂ ਤਾਂ ਹੁਣ ਵੀ ਮੰਮੀ ਨੂੰ ਤੁਹਾਨੂੰ ਸਮਝਦੀ ਹਾਂ। ਜਿਹੜੇ ਉਹ ਆਪਦੀ ਧੀ ਦੀਆਂ ਯਾਦਾਂ ਨੂੰ ਐਵੇਂ ਸਾਂਭ ਕੇ ਰੱਖੀ ਬੈਠੇ ਆ, ਆਪਦੇ ਦਿਲ ਨਾਲ ਲਾ ਕੇ ਰੱਖੀ ਬੈਠੇ ਆ, ਪਰ ਇਹ ਯਾਦ ਇੱਕ ਤੁਹਾਡੀ ਮਾੜੀ ਯਾਦ ਆ, ਤੁਸੀਂ ਇਹਦੇ ਤੋਂ ਖਹਿੜਾ ਛੁਡਵਾ ਲਓ, ਇਹੀ ਵਧੀਆ ਰਹੂਗਾ। ਹਾਂ ਪੁੱਤ, ਮੈਨੂੰ ਵੀ ਐਂ ਲੱਗਦਾ ਕਿ ਪਿੱਛੇ ਜੋ ਹੋ ਗਿਆ ਹੋ ਗਿਆ, ਇਹਨਾਂ ਹਸਤੀਆਂ ਨੂੰ ਬਹਾ ਦੇਣਾ ਚਾਹੀਦਾ। ਤੁਸੀਂ ਐਂ ਕਰੋ, ਸਵੇਰੇ ਇਹਨਾਂ ਹਸਤਿਆਂ ਨੂੰ ਬਹਾ ਕੇ ਆਓ।
ਮਨਪ੍ਰੀਤ ਪੁੱਤ ਤੂੰ ਜੋ ਕਹਿ ਰਹੀ ਹੈ ਨਾ ਬਿਲਕੁਲ ਸਹੀ ਕਹਿ ਰਹੀ ਹਾਂ। ਪਰ ਮੰਮੀ ਮੈਂ ਤੁਹਾਨੂੰ ਵੀ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਵੀ ਆਪਦੀਆਂ ਪੁਰਾਣੀਆਂ ਗੱਲਾਂ ਨੂੰ ਜਾਂ ਪੁਰਾਣੀਆਂ ਯਾਦਾਂ ਨੂੰ ਜੇ ਤੁਸੀਂ ਆਹ ਚੱਲ ਰਹੇ ਰਿਸ਼ਤਿਆਂ ਨਾਲ ਕੰਪੇਅਰ ਕਰੋਗੇ ਨਾ ਤਾਂ ਬਹੁਤ ਮਾੜੀ ਗੱਲ ਹੈ ਤੁਹਾਡੇ ਲਈ ਵੀ। ਤੁਸੀਂ ਮੈਨੂੰ ਵੀ ਕਿੰਨਾ ਮੰਦਾ ਚੰਗਾ ਬੋਲਦੇ ਸੀ ਇਸ ਗੱਲਾਂ ਨੂੰ ਲੈ ਕੇ, ਇਹਦੇ 'ਚ ਮੇਰੀ ਗਲਤੀ ਕੀ ਸੀ? ਮੈਨੂੰ ਵੀ ਲੱਗਦਾ ਕਿ ਅਸੀਂ ਸਾਰਿਆਂ ਨੇ ਕਿਤੇ ਨਾ ਤੇਰੇ ਨਾਲ ਇਸ ਮਾਮਲੇ ਵਿੱਚ ਧੱਕਾ ਹੀ ਕੀਤਾ। ਮੈਂ ਤਾਂ ਇਸ ਰਾਜ ਨੂੰ ਰਾਜ ਰੱਖਣ ਲਈ ਤੈਨੂੰ ਤਾਂ ਘਰ ਦਾ ਜੀ ਸਮਝਣਾ ਹਟ ਗਈ ਸੀ, ਪਰ ਫਿਰ ਵੀ ਪੁੱਤ ਮੇਰੇ ਤੋਂ ਜੋ ਕੁਛ ਹੋਇਆ ਨਾ ਜਾਣੇ ਅਣਜਾਣੇ ਵਿੱਚ ਇਹ ਰਾਜ ਨੂੰ ਰਾਜ ਰੱਖਣ ਵਿੱਚ ਮੈਨੂੰ ਮਾਫ ਕਰ ਦਿੱਤੀ ਹੈ। ਚਲੋ ਕੋਈ ਗੱਲ ਨਹੀਂ ਮੰਮੀ, ਕੋਈ ਵੀ ਚੀਜ਼ ਆ ਹੁਣੇ ਆਪਣਾ ਟਾਈਮ 'ਤੇ ਹੀ ਹੋਣਾ ਹੁੰਦਾ। ਸ਼ਾਇਦ ਇਹ ਵੀ ਅੱਜ ਕੋਈ ਬਹਾਨਾ ਹੀ ਸੀ ਵੀ ਤੁਸੀਂ ਦਵਾਈ ਲੈਣ ਗਏ ਤਾਂ ਮੈਨੂੰ ਆਹ ਸਾਰਾ ਕੁਛ ਪਤਾ ਲੱਗਿਆ। ਬਸ ਤੁਸੀਂ ਸਵੇਰ ਨੂੰ ਇਹਨਾਂ ਨੂੰ ਜਾ ਕੇ ਬਹਾ ਆਇਓ ਅਤੇ ਆਪਦੀਆਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਜਾਓ। ਸਤਿ ਸ਼੍ਰੀ ਅਕਾਲ ਜੀ, ਹੋਪ ਸੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਤੁਹਾਨੂੰ ਸਾਡੀ ਵੀਡੀਓ ਵੀ ਵਧੀਆ ਲੱਗੀ ਹੋਊਗੀ। ਲਾਈਕ, ਕਮੈਂਟ, ਸ਼ੇਅਰ ਤਾਂ ਤੁਸੀਂ ਕਰ ਹੀ ਦਿਓਗੇ, ਕਹਿਣ ਦੀ ਲੋੜ ਨਹੀਂ ਹੈਗੀ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਅਤੇ ਇਸ ਵੀਡੀਓ ਰਾਹੀਂ ਸਾਡਾ ਸਿਰਫ ਇੱਕ ਹੀ ਮੈਸੇਜ ਦੇਣ ਦਾ ਮੋਟਿਵ ਸੀਗਾ। ਪਹਿਲੀ ਗੱਲ ਤਾਂ ਇਹ ਆ ਵੀ ਆਪਦੇ ਬੀਤੇ ਹੋਏ ਕੱਲ੍ਹ ਨੂੰ ਲੈ ਕੇ ਅੱਜ ਦੇ ਰਿਸ਼ਤੇ ਨਾ ਖਰਾਬ ਕਰੋ, ਅਤੇ ਦੂਜੀ ਗੱਲ ਇਹ ਆ ਵੀ ਪਹਿਲਾਂ ਦਾ ਜ਼ਮਾਨਾ ਹੋਰ ਸੀ ਅਤੇ ਅੱਜ ਦਾ ਜ਼ਮਾਨਾ ਕੁਛ ਹੋਰ ਹੈ। ਪਹਿਲਾਂ ਬਹੁਤ ਘੱਟ ਕੋਈ ਇਹੋ ਜਿਹਾ ਪਰਿਵਾਰ ਹੁੰਦਾ ਹੋਊਗਾ ਜਿਹੜਾ ਮਤਲਬ ਜ਼ਿਆਦਾ ਅਣਖੀ ਹੁੰਦਾ ਸੀ, ਜਾਂ ਆਪਦੇ ਬੱਚਿਆਂ ਨੂੰ ਐਵੇਂ ਕਰ ਦਿੰਦੇ ਸੀ ਮਾਰ ਮਰਾਪ ਵੀ ਹਾਂ ਇਹਨੇ ਸਾਡੇ ਤੋਂ ਬਿਨਵਾਰਾ ਹੋ ਕੇ ਆਹ ਕੰਮ ਕੀਤਾ। ਪਰ ਅੱਜ ਦੇ ਟਾਈਮ 'ਚ ਇਹੋ ਜਿਹਾ ਕੁਛ ਨਹੀਂ ਹੈ। ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਕੋਆਪਰੇਟ ਕਰਨਾ ਚਾਹੀਦਾ, ਜਿਵੇਂ ਹੁਣ ਬੱਚੇ ਵੀ ਤਾਂ ਆਪਣੇ ਬਾਰੇ ਸੋਚਦੇ ਹੀ ਆ ਵੀ ਸਾਡੇ ਮਾਂ ਬਾਪ ਖੁਸ਼ ਰਹਿਣੇ ਚਾਹੀਦੇ ਆ ਵੀ ਅਸੀਂ ਇਹੋ ਜਿਹਾ ਕੰਮ ਕਰੀਏ। ਮਾਪਿਆਂ ਨੂੰ ਵੀ ਕਿਤੇ ਨਾ ਕਿਤੇ ਬੱਚਿਆਂ ਦੀ ਖੁਸ਼ੀ ਬਾਰੇ ਸੋਚਣਾ ਚਾਹੀਦਾ ਅਤੇ ਉਹਨਾਂ ਦੇ ਮਤਲਬ ਕਿਸੇ ਵੀ ਕੰਮ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ। ਇਹ ਨਹੀਂ ਹੁੰਦਾ, ਨਾਲੇ ਕੋਈ ਵੀ ਮਾਂ ਬਾਪ ਆਪਦੀ ਔਲਾਦ ਨੂੰ ਇਹ ਸੋਚ ਕੇ ਜਨਮ ਨਹੀਂ ਦਿੰਦਾ ਹੁੰਦਾ ਵੀ ਅਸੀਂ ਇਹਨੂੰ ਆਪਦੇ ਹੱਥੀਓਂ ਹੀ ਮਾਰਨਾ। ਹੋ ਜਾਂਦੀ ਹੁੰਦੀ ਹੈ ਨਿੱਕੀ ਮੋਟੀ ਗਲਤੀ, ਪਰ ਉਹਨੂੰ ਆਪਾਂ ਪਿਆਰ ਨਾਲ ਹੈਂਡਲ ਵੀ ਕਰ ਸਕਦੇ ਹਾਂ ਅਤੇ ਸਮਝਾ ਵੀ ਸਕਦੇ ਹਾਂ। ਸੋ ਇਹਦੇ ਅੱਗੇ ਮੈਂ ਕੁਛ ਨਹੀਂ ਕਹਿਣਾ, ਵੀਡੀਓ ਤੁਸੀਂ ਦੇਖ ਹੀ ਲਈ ਆ। ਥੈਂਕ ਯੂ।